ਸਤਿ ਸ਼੍ਰੀ ਅਕਾਲ ਆਈਵਲ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਜਸਪਾਲ ਮਾਨ ਅਤੇ ਤੁਸੀਂ ਦੇਖ ਰਹੇ ਹੋ ਸਪੈਸ਼ਲ ਐਪੀਸੋਡ। ਅੱਜ ਦੇ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਪਟਿਆਲਾ ਲੋਕ ਸਭਾ ਹਲਕੇ ਨੂੰ ਲੈ ਕੇ। ਉੱਥੋਂ ਕਾਂਗਰਸ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਅਤੇ ਡਾਕਟਰ ਗਾਂਧੀ ਦੀ ਟੀਮ ਦੇ ਵਿੱਚ ਕੰਮ ਕਰਦੇ ਨੇ ਐਡਵੋਕੇਟ ਹਰਮੀਤ ਕੌਰ ਬਰਾੜ, ਜਿਹੜੇ ਪਹਿਲਾਂ ਵੀ ਉਹਨਾਂ ਨਾਲ ਜੁੜੇ ਰਹੇ ਆ ਅਤੇ ਉਸ ਤੋਂ ਬਾਅਦ ਹੁਣ ਵੀ ਜੁੜੇ ਹੋਏ ਆ, ਲਗਾਤਾਰ ਉਹਨਾਂ ਦੇ ਲਈ ਪ੍ਰਚਾਰ ਵੀ ਕਰਦੇ ਪਏ ਆ ਅਤੇ ਉਸ ਤੋਂ ਇਲਾਵਾ ਉਹਨਾਂ ਦੇ ਨਾਲ ਜੋ ਵੀ ਕੰਮਕਾਜ ਕਰਦੇ ਆ, ਬੇਸ਼ੱਕ ਉਹ ਕੋਈ ਸੋਸ਼ਲੀ ਕੌਜ਼ ਹੋਵੇ ਜਾਂ ਕੋਈ ਹੋਰ ਮੁੱਦੇ ਹੋਣ ਤਾਂ ਉਹਨਾਂ ਉੱਤੇ ਬੋਲਦੇ ਵੀ ਰਹਿੰਦੇ ਆ। ਸਾਰੇ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਕਿ ਬਈ ਕਿਸ ਤਰ੍ਹਾਂ ਦੇ ਨਾਲ ਪ੍ਰਚਾਰ ਚੱਲ ਰਿਹਾ ਅਤੇ ਹੁਣ ਕਿੱਦਾਂ ਕਾਂਗਰਸ ਦੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ ਆ, ਭਾਵ ਕਿ ਡਾਕਟਰ ਗਾਂਧੀ ਨੇ ਕਿਸ ਤਰ੍ਹਾਂ ਦੇ ਨਾਲ ਸ਼ਮੂਲੀਅਤ ਕੀਤੀ ਹੈ, ਕੀ ਗੱਲਾਂ ਬਾਤਾਂ ਹੋਈਆਂ ਨੇ ਅਤੇ ਕਿਵੇਂ ਦਾ ਪ੍ਰਚਾਰ ਚੱਲ ਰਿਹਾ ਅਤੇ ਕਿਸ ਤਰ੍ਹਾਂ ਦੇ ਨਾਲ ਆਪਣੇ ਵਿਰੋਧੀਆਂ ਨੂੰ ਜੋ ਉਹਨਾਂ ਦਾ ਚੈਲੰਜ ਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਕਬੂਲ ਰਹੇ ਆ, ਸਾਰੇ ਵਿਸ਼ੇ ਉੱਤੇ ਆਪਾਂ ਗੱਲਬਾਤ ਕਰੀਏ। ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲਈਏ, ਫਿਰ ਚਾਚਾ ਸ਼ੁਰੂ ਕਰਦੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ, ਮਿਹਰਬਾਨੀ ਤੁਹਾਡੀ। ਚਲੋ ਧੰਨਵਾਦ ਜੀ। ਅਤੇ ਡਾਕਟਰ ਸਾਹਿਬ ਦਾ ਕਿਸ ਤਰ੍ਹਾਂ ਦੇ ਨਾਲ ਹਾਲ ਚਾਲ ਆ, ਕਿਸ ਤਰ੍ਹਾਂ ਦੇ ਨਾਲ ਮਤਲਬ ਜਦੋਂ ਦੀ ਟਿਕਟ ਮਿਲੀ ਆ ਉਸ ਤੋਂ ਬਾਅਦ ਕਿਵੇਂ ਆ, ਗੱਲਾਂ ਬਾਤਾਂ ਹੁੰਦੀਆਂ ਪੰਗਾਂ ਨੇ? ਗੱਲਬਾਤ ਹੁੰਦੀ ਹੈ, ਕੰਮ ਪਕਾਰ ਵੀ ਹੁੰਦਾ, ਸਾਰਾ ਕੁਝ ਹੋ ਰਿਹਾ। ਬਹੁਤ ਅੱਛਾ ਜੀ। ਮੋਰ ਓਵਰ ਜਿਹੜਾ ਇਸ ਵੇਲੇ ਤੁਰਨਾ ਬਹੁਤ ਜ਼ਰੂਰੀ ਸੀ, ਡਾਕਟਰ ਸਾਹਿਬ ਤਾਂ ਨਹੀਂ ਸੀ ਤਿਆਰ ਇਲੈਕਸ਼ਨ ਲੜਨ ਨੂੰ, ਕੁਛ ਉਹਨਾਂ ਦੀ ਸਿਹਤ ਕਰਕੇ ਜਾਂ ਕੁਛ ਹੋਰ ਵੀ ਰੀਜ਼ਨ ਸੀਗੇ ਕਿ ਨਹੀਂ ਤੁਰਨ ਨੂੰ ਤਿਆਰ ਸੀ, ਲੇਕਿਨ ਉਹਨਾਂ ਦਾ ਇਲੈਕਸ਼ਨ ਲੜਿਆ ਜਾਣਾ, ਕਿਸੇ ਵੀ ਸਹੀ ਬੰਦੇ ਦਾ ਇਲੈਕਸ਼ਨ ਲੜਿਆ ਜਾਣਾ ਇਸ ਵਾਰੀ ਬਹੁਤ ਜ਼ਰੂਰੀ ਸੀਗਾ, ਤੇ ਉਹਦੇ ਲਈ ਸਾਰੇ ਪੰਜਾਬੀਆਂ ਨੂੰ ਬਲਕਿ ਸਾਰੇ ਭਾਰਤੀਆਂ ਨੂੰ ਇੱਕ ਪਾਸੇ ਹੋ ਕੇ ਖੜਾ ਹੋਣਾ ਹੀ ਪਊਗਾ ਜੇ ਅਸੀਂ ਚਾਹੁੰਦੇ ਹਾਂ ਕਿ ਬੀਜੇਪੀ ਵਰਗੀ ਸਰਕਾਰ ਨਾ ਆਵੇ ਤੇ ਮੁੜ ਕੇ ਅਸੀਂ ਉਹ ਜਿਹੇ ਹਾਲਾਤ ਤੇ ਨਾ ਪਹੁੰਚ ਜਾਈਏ ਕਿ ਜਿੱਥੇ ਸਾਨੂੰ ਵਾਪਸ ਮੁੜਨਾ ਔਖਾ ਹੋ ਜਾਏ, ਜਿੱਥੇ ਇਲੈਕਸ਼ਨ ਹੋਣ ਦੀ ਸੰਭਾਵਨਾ ਤੱਕ ਵੀ ਨਾ ਰਹੇ, ਤਾਂ ਹਰੇਕ ਬੰਦੇ ਸਹੀ ਬੰਦੇ ਦਾ ਖੜੇ ਹੋਣਾ ਬਹੁਤ ਜ਼ਰੂਰੀ। ਜੀ ਜੀ। ਅੱਛਾ ਭੈਣ ਜੀ, ਤੁਸੀਂ ਨਾਲ ਵੀ ਗਏ ਸੀਗੇ ਜਿਸ ਦਿਨ ਡਾਕਟਰ ਸਾਹਿਬ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇਗੇ, ਈਵਨ ਤੁਸੀਂ ਪਿੱਛੇ ਦੇਖਿਆ ਫੋਟੋਆਂ ਦੇ ਵਿੱਚ ਵੀ ਹੈ, ਤਾਂ ਉਸ ਤੋਂ ਪਹਿਲਾਂ ਕੀ ਗੱਲਬਾਤ ਕੀ ਹੋਈ ਸੀ? ਕਿਉਂਕਿ ਡਾਕਟਰ ਸਾਹਿਬ ਨੇ ਤਾਂ ਉਸ ਵੇਲੇ ਕਹਿ ਦਿੱਤਾ ਕਿ ਮੈਂ ਟਿਕਟ ਦੇ ਲਈ ਨਹੀਂ ਲੜ ਰਿਹਾ, ਭਾਵ ਕਿ ਟਿਕਟ ਦੇ ਲਈ ਮੈਂ ਸ਼ਾਮਲ ਨਹੀਂ ਹੋਇਆ, ਥੋੜ੍ਹੇ ਟਾਈਮ ਬਾਅਦ ਹੀ ਅਨਾਊਂਸਮੈਂਟ ਹੋ ਜਾਂਦੀ ਹੈ। ਬੇਸ਼ੱਕ ਜਿਹੜੇ ਕਾਂਗਰਸ ਦੇ ਵਿੱਚੋਂ ਪਹਿਲਾਂ ਤੋਂ ਉਹ ਕੰਮਕਾਜ ਕਰਦੇ ਆਉਂਦੇ ਆ ਉਹਨਾਂ ਦੇ ਕੁਝ ਬਾਗੀ ਸੁਰ ਵੀ ਦੇਖੇ, ਪਰ ਹਾਈ ਕਮਾਂਡ ਨੇ ਉਹਨਾਂ ਦੀ ਕੋਈ ਨਹੀਂ ਸੁਣੀ ਹੈਗੀ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਦਾ ਐਲਾਨ ਵੀ ਕਰ ਦਿੱਤਾ। ਬੇਸ਼ੱਕ ਉਹ ਗੁੱਸੇ ਗਿਲੇ ਬਾਅਦ ਦੇ ਵਿੱਚ ਵੀ ਚੱਲਦੇ ਰਹੇ, ਔਰ ਜਿਹੜੇ ਪੰਜਾਬ ਦੀ ਲੀਡਰਸ਼ਿਪ ਆ ਕਾਂਗਰਸ ਦੀ ਉਹਨਾਂ ਦਾ ਜ਼ੋਰ ਵੀ ਪੂਰਾ ਲੱਗਿਆ ਕਿ ਉਹਨਾਂ ਨੂੰ ਐਟਲੀਸਟ ਮਨਾ ਲਈਏ ਕਿ ਯਾਰ ਤੁਸੀਂ ਵਿਰੋਧ ਨਾ ਕਰੋ, ਇੱਕ ਵਾਰੀ ਨਾਲ ਚੱਲੋ, ਅੱਗੇ ਦੇਖਾਂਗੇ ਕੀ ਬਣਦਾ। ਜੀ ਜੀ ਜਸਪਾਲ ਜੀ, ਇਸ ਤਰ੍ਹਾਂ ਹੈ ਕਿ ਉਹਨਾਂ ਨੇ ਜਾਣਾ ਤਾਂ, ਜਿਵੇਂ ਤੁਸੀਂ ਮੈਨੂੰ ਪਹਿਲਾਂ ਕੁਐਸਚਨ ਪੁੱਛਿਆ ਵੀ ਕਿਉਂ ਗਏ ਜਦੋਂ ਕਿ ਉਹਨਾਂ ਨੇ ਪਹਿਲਾਂ ਇਹੋ ਜਿਹਾ ਕੁਝ ਖਾਸ ਨਹੀਂ ਸੀ, ਉਹਨਾਂ ਨੇ ਉੱਥੇ ਵੀ ਬਲਕਿ ਕਿਹਾ ਕਿ ਮੈਂ ਟਿਕਟ ਦੀ ਖਾਤਰ ਨਹੀਂ ਆਇਆ। ਉਸ ਤੋਂ ਪਹਿਲਾਂ ਉਹ ਕੰਨਿਆ ਕੁਮਾਰੀ ਤੋਂ ਜਦੋਂ ਸ਼ੁਰੂ ਹੋਈ ਸੀ ਪੈਦਲ ਯਾਤਰਾ ਰਾਹੁਲ ਗਾਂਧੀ ਦੀ, ਉੱਥੇ ਜਾ ਕੇ ਬਾਕਾਇਦਾ ਉਹਨਾਂ ਨੇ ਆਪਦੀ ਹਾਜ਼ਰੀ ਲਵਾਈ ਸੀ, ਜੰਮੂ ਕਸ਼ਮੀਰ ਗਏ ਸੀ, ਪੰਜਾਬ ਚ ਅਸੀਂ ਸਾਰਿਆਂ ਨੇ ਮੀਟਿੰਗ ਵੀ ਕੀਤੀ ਸੀ ਰਾਹੁਲ ਗਾਂਧੀ ਹੋਰਾਂ ਨਾਲ। ਤਾਂ ਉਸ ਵੇਲੇ ਸਾਨੂੰ ਬੇਸਿਕਲੀ ਲੋੜ ਕੀ ਹੈ, ਇਸ ਵੇਲੇ ਸਭ ਤੋਂ ਜ਼ਿਆਦਾ ਲੋੜ ਕਿਉਂ ਪਈ, ਸਾਨੂੰ ਕਿਉਂ ਆਉਣਾ ਪਿਆ, ਸਭ ਨੂੰ ਹੀ ਕਿਉਂ ਆਉਣਾ ਪਿਆ? ਤਾਂ ਜਿਹੜਾ ਮਤਲਬ ਸੈਂਟਰ ਦੇ ਵਿੱਚ ਗਲਬਾ ਹੈ ਨਾ ਬੀਜੇਪੀ ਦਾ, ਔਰ ਜਿਹੜੀ ਆਰਐਸਐਸ ਉਸਨੂੰ ਚਲਾ ਰਹੀ ਹੈ, ਉਹਦੇ ਖਤਰਾ ਸਭ ਨੂੰ ਲੱਗ ਰਿਹਾ, ਸਭ ਨੂੰ ਮਹਿਸੂਸ ਹੋ ਰਿਹਾ, ਮੀਡੀਆ ਤੋਂ ਲੈ ਕੇ ਈਵਨ ਕਾਰਪੋਰੇਟ ਦਾ। ਅਗਰ ਜੇ ਹਾਲਾਤ ਦੇਖੀਏ ਤਾਂ ਅੰਬਾਨੀਆਂ ਅਡਾਨੀਆਂ ਦੇ ਕਬਜ਼ੇ ਦੇ ਵਿੱਚ ਮੁਲਕ ਆਇਆ ਹੋਇਆ, ਤਾਂ ਉਹ ਜ਼ਰੂਰਤ ਤਾਂ ਮਹਿਸੂਸ ਹੋ ਰਹੀ ਸੀ, ਲੇਕਿਨ ਇਲੈਕਸ਼ਨ ਲੜਨ ਲਈ ਉਹ ਤਿਆਰ ਨਹੀਂ ਸੀਗੇ। ਉਹ ਡਾਕਟਰ ਗਾਂਧੀ ਚਾਹੁੰਦੇ ਸੀਗੇ ਕਿ ਮੈਂ ਕਿਸੇ ਦਾ ਵੀ ਸਮਰਥਨ ਕਰਾਂ, ਤਾਂ ਉੱਥੇ ਜਾ ਕੇ ਕੰਡੀਸ਼ਨ ਆਈ ਕਿ ਸਮਰਥਨ ਕਿਸਦਾ ਦਿੱਤਾ ਜਾਵੇ, ਕਿਉਂਕਿ ਕੈਂਡੀਡੇਟ ਸਹੀ ਜਾਂ ਗਲਤ ਉਹਦੇ ਤੇ ਮੇਰਾ ਕਮੈਂਟ ਕਰਨਾ ਇਸ ਵੇਲੇ ਬਣਦਾ ਨਹੀਂ ਹੈਗਾ ਕਿ ਕੌਣ ਹੋਣਾ ਚਾਹੀਦਾ ਸੀ। ਲੇਕਿਨ ਇਸ ਵੇਲੇ ਕਾਂਗਰਸ ਦਾ ਰਿਵਾਈਵਲ ਜੋ ਮੈਂ ਇੱਕ ਦੇਖ ਰਹੀ ਹਾਂ ਚੀਜ਼, ਬਹੁਤ ਜ਼ਰੂਰੀ ਹੈ, ਕਿਉਂਕਿ ਕਾਂਗਰਸ ਦੀ ਟੁੱਟ ਭੱਜ ਤੋਂ ਅਸੀਂ ਸਾਰੇ ਜਾਣੂ ਹੀ ਹਾਂ ਕਿਤੇ ਨਾ ਕਿਤੇ, ਕਿ ਉੱਪਰ ਤੋਂ ਲੈ ਕੇ ਨੀਚੇ ਤੱਕ ਟੁੱਟ ਭੱਜ ਤਾਂ ਹੈਗੀ ਹੈ ਨਾ। ਤਾਂ ਉਸ ਟੁੱਟ ਭੱਜ ਦੇ ਵਿੱਚੋਂ ਮੈਨੂੰ ਨੀ ਪਤਾ ਕਿ ਇਹ ਰਾਹੁਲ ਗਾਂਧੀ ਦਾ ਪਰਸਨਲ ਡਿਸੀਜਨ ਸੀ ਜਾਂ ਸੈਂਟਰ ਇਹਨਾਂ ਦੇ ਹਾਈ ਕਮਾਂਡ ਦਾ ਸੀਗਾ, ਲੇਕਿਨ ਉਹਨਾਂ ਨੇ ਇਸ ਵਾਰੀ ਕਾਫੀ ਹੱਦ ਤੱਕ
ਸਹੀ ਕੈਂਡੀਡੇਟ ਚੁਣੇ ਨੇ, ਬਾਕੀ ਕੁਛ ਕਿਤੇ ਨਾ ਕਿਤੇ ਇੰਪੈਕਟ ਪੈਂਦਾ ਹੀ ਹੈ, ਗਲਤ ਸਹੀ ਹੋ ਹੀ ਜਾਂਦੇ ਆ, ਮਗਰ ਅਗਰ ਕਾਂਗਰਸ ਦਾ ਰਿਵਾਈਵਲ ਹੈ ਤਾਂ ਸਹੀ ਕੈਂਡੀਡੇਟਸ ਦਾ ਆਉਣਾ ਬਹੁਤ ਜ਼ਰੂਰੀ ਆ। ਦੂਜੀ ਗੱਲ ਬਾਗੀ ਸੁਣਨ ਦੀ ਅਗਰ ਜੇ ਕਰੀਏ ਤਾਂ ਦੇਖੋ ਹਰ ਇੱਕ ਨੇ ਉਮੀਦ ਲਗਾਈ ਹੁੰਦੀ ਆ, ਉਹ ਪਾਰਟੀ ਦੇ ਪੁਰਾਣੇ ਬੰਦੇ ਸੀਗੇ ਤੇ ਉਹਨਾਂ ਦੀ ਵੀ ਉਮੀਦ ਸੀ ਕਿ ਸਾਨੂੰ ਟਿਕਟ ਮਿਲੇ, ਲੇਕਿਨ ਸਵਾਲ ਇਸ ਵੇਲੇ ਟਿਕਟ ਮਿਲਣ ਜਾਂ ਨਾ ਮਿਲਣ ਦਾ ਨਹੀਂ ਆ, ਸਵਾਲ ਇਸ ਵੇਲੇ ਇਹ ਹੈ ਕਿ ਸਾਡੀ ਲੜਾਈ ਕੀ ਆ। ਅਸੀਂ ਇੱਕ ਹਿਸਟੋਰੀਕਲ ਮੋੜ ਤੇ ਖੜੇ ਹਾਂ ਜਿੱਥੇ ਜਾ ਕੇ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਇਹੋ ਜਿਹਾ ਫੈਸਲਾ ਲੈਣਾ ਔਰ ਸਭ ਨੇ ਮਿਲ ਕੇ ਲੈਣਾ। ਇਹ ਇੰਟਰਨਲ ਰੰਜਿਸ਼ ਦਾ ਫਾਇਦਾ ਮੌਕਾ ਹੀ ਨਹੀਂ ਹੈਗਾ, ਨਾ ਇਹ ਮੇਰੀ ਜਾਂ ਤੇਰੀ ਲੜਾਈ ਹੈ, ਨਾ ਇਹ ਕੋਈ ਮੁੱਦੇ ਦੀ ਉਹਦੀ ਕੋਈ ਕੁਰਸੀ ਦੀ ਲੜਾਈ ਹੈ, ਨਾ ਇਹ ਟਿਕਟ ਦੀ ਲੜਾਈ ਹੈ, ਇਹ ਤਾਂ ਹਿਸਟੋਰੀਕਲ ਲੜਾਈ ਹੈ। ਇਸ ਤੋਂ ਮਗਰੋਂ ਕਿਤੇ ਸਾਡੇ ਨਾਲ ਰਸ਼ੀਆ ਵਾਲੀ ਨਾ ਹੋ ਜਾਏ, ਕਿਤੇ ਉਹੋ ਜਿਹੇ ਫੈਸਲੇ ਨਾ ਲਏ ਜਾਣ ਗਲਤ ਫੈਸਲੇ, ਕਿ ਜਿਵੇਂ ਹੁਣ ਮੇਜਰ 3 ਕਾਨੂੰਨ ਨੇ ਜੀ ਬਦਲੇ ਜਾ ਰਹੇ ਨੇ, 1 ਜੁਲਾਈ ਤੋਂ ਲਾਗੂ ਵੀ ਹੋ ਰਹੇ ਨੇ, ਹਨਾ। ਅਡਾਨੀਆਂ ਅੰਬਾਨੀਆਂ ਕੋਲ ਪੈਸਾ ਜਾਂਦਾ ਅਸੀਂ ਦੇਖਦੇ ਹਾਂ, ਮੀਡੀਆ ਦਾ ਗਲਬਾ ਅਸੀਂ ਦੇਖਦੇ ਹਾਂ, ਦਿੱਲੀ ਦੰਗੇ ਅਸੀਂ ਹੁਣੇ ਭੁਗਤ ਕੇ ਹਟੇ ਹਾਂ, CAA ਵਰਗੇ ਕਾਨੂੰਨ ਆ ਚੁੱਕੇ ਨੇ, ਤਾਂ ਨੈਕਸਟ ਜਿਹੜਾ ਹੈ ਕਾਨਸਟੀਟਿਊਸ਼ਨ ਤੇ ਹਮਲਾ ਹੋ ਸਕਦਾ ਹੈ। ਕਾਨਸਟੀਟਿਊਸ਼ਨ ਤੇ ਹੁਣ ਤੁਸੀਂ ਅਗਰ ਦੇਖੋਗੇ ਨਾ ਥੋੜਾ ਹੋਰ ਬਰੀਫ 'ਚ ਜਾਓਗੇ, ਕਿਉਂਕਿ ਮੈਂ ਜੁਡੀਸ਼ਰੀ ਦਾ ਇੱਕ ਪਾਰਟ ਵੀ ਹਾਂ, ਤਾਂ ਇਹੋ ਜਿਹੇ ਫੈਸਲਿਆਂ 'ਚ ਵੀ ਮੈਂ ਦੇਖਿਆ ਕਿ ਜਿੱਥੇ ਜਿੱਥੇ ਜੱਜਿਸ ਵੱਲੋਂ ਵੀ ਇਹੋ ਜਿਹੇ ਕਮੈਂਟਸ ਦਿੱਤੇ ਗਏ ਨੇ ਜਿਹਦੇ ਵਿੱਚ ਕਿ ਮਨੂ ਸਮ੍ਰਿਤੀ ਦਾ ਜ਼ਿਕਰ ਆਇਆ, ਤਾਂ ਉਹ ਬਹੁਤ ਡੇਂਜਰਸ ਚੀਜ਼ ਹੈ ਬੇਸਿਕਲੀ। ਤਾਂ ਜਦੋਂ ਮਨੂ ਸਮ੍ਰਿਤੀ ਲਾਗੂ ਹੁੰਦੀ ਹੈ ਤਾਂ ਉਹ ਔਰਤਾਂ ਲਈ ਦਲਿਤਾਂ ਲਈ ਬਹੁਤ ਖਤਰਨਾਕ ਮੋੜ ਹੋਊਗਾ, ਬਲਕਿ ਸਾਡੇ ਸਾਰਿਆਂ ਲਈ ਇੱਕ ਬਹੁਤ ਸੀਰੀਅਸ ਕੰਡੀਸ਼ਨ ਹੋਊਗੀ। ਔਰ ਉਹਨਾਂ ਦਾ ਇਹ ਓਪਨਲੀ ਕਹਿਣਾ ਨਾ, ਤੇ ਉਹ ਬੀਜੇਪੀ ਦਾ ਜਾਂ RSS ਦਾ ਇਹ ਓਪਨਲੀ ਕਹਿਣਾ ਆ ਕਿ ਉਹ ਦਲਿਤਾਂ ਨੂੰ, ਲੈਫਟਿਸਟ ਨੂੰ, ਮੁਹੰਮਦਨਸ ਨੂੰ, ਕ੍ਰਿਸਚੀਅਨਸ ਨੂੰ ਉਹ ਕਿਤੇ ਨਾ ਕਿਤੇ ਕੁਐਸਚਨ ਉੱਠਦੇ ਆ ਵੀ ਖਤਮ ਕਰ ਦੇਣਾ ਚਾਹੁੰਦੇ ਆ, ਡਾਇਰੈਕਟ ਉਹਨਾਂ ਦੇ ਅਟੈਕਸ ਰਹੇ ਆ ਨਾ। ਬਾਕੀ ਜੇ ਅਸੀਂ ਕਹੀਏ ਕਿ ਸਾਨੂੰ ਸਿੱਖਾਂ ਨੂੰ ਕੋਈ ਖਤਰਾ ਨਹੀਂ, ਸਾਨੂੰ ਕੁਛ ਨਹੀਂ ਕਹਿੰਦੇ, ਉਹ ਸਾਨੂੰ ਇਹ ਆ ਵੀ ਸਾਨੂੰ ਜੱਫੀ 'ਚ ਲੈ ਕੇ ਮਾਰ ਦੇਣਾ ਚਾਹੁੰਦੇ ਆ ਨਾ। ਤਾਂ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ, ਮੁੜ ਕੇ ਇਹ ਨਾ ਹੋਵੇ ਕਿ ਇਸ ਮੁਲਕ ਦੇ ਵਿੱਚ ਇਲੈਕਸ਼ਨ ਵੀ ਨਾ ਹੋਣ। ਇਸ ਕਰਕੇ ਇਹ ਲੜਾਈ ਕਿਸੇ ਬਗਾਵਤ ਦੀ ਜਾਂ ਤੇਰੀ ਜਾਂ ਮੇਰੀ ਹੈ ਨਹੀਂ, ਇਹ ਲੜਾਈ ਉਸ ਤੋਂ ਕਿਤੇ ਵੱਡੀ ਹੈ, ਇੱਕ ਹਿਸਟੋਰੀਕਲ ਲੜਾਈ ਹੈ, ਇਹਦੇ ਵਿੱਚ ਮਿਲ ਕੇ ਚੱਲਣ ਦੀ ਲੋੜ। ਜੀ 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 ਅੱਛਾ ਭੈਣ ਜੀ, ਪਟਿਆਲਾ ਦੇ ਵਿੱਚ ਤੁਸੀਂ ਮੁਕਾਬਲਾ ਜਿਹੜਾ ਖਾਸ ਕਰਕੇ ਜਿੱਦਾਂ ਜੋ ਹਿਸਾਬ ਕਿਤਾਬ ਤੁਸੀਂ ਦੇਖਦੇ ਪਏ ਹੋਗੇ, ਕਿਹਦੇ ਨਾਲ ਤੁਹਾਡਾ ਲੱਗਦਾ ਕਿ ਕਾਂਗਰਸ ਨਾਲ, ਕਾਂਗਰਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਆ, ਅਕਾਲੀ ਦਲ ਨਾਲ ਆ, ਜਾਂ ਭਾਜਪਾ ਨਾਲ ਲੱਗਦਾ, ਜਾਂ ਕੋਈ ਹੋਰ ਕੈਂਡੀਡੇਟ ਲੱਗਦਾ? ਕਿਉਂਕਿ ਕੈਂਡੀਡੇਟ ਆਲਮੋਸਟ ਮੇਰੇ ਖਿਆਲ ਨਾਲ ਬਾਈ ਸਾਰੇ ਹਾਈ ਪ੍ਰੋਫਾਈਲ ਨੇ ਪਟਿਆਲਾ ਦੇ ਵਿੱਚ ਤਾਂ। ਬਲਕਿ ਹੌਟ ਸੀਟ ਵੀ ਕਹੀ ਜਾ ਰਹੀ ਹੈ ਇਸ ਵੇਲੇ ਪਟਿਆਲਾ ਤਾਂ, ਜੇ ਆਪਾਂ ਮੰਨੀਏ ਤਾਂ। ਜੀ ਨੋ ਡਾਊਟ ਹੈਗੇ ਆ ਕੈਂਡੀਡੇਟ ਸਾਰੇ ਸਟਰੋਂਗ ਨੇ। ਜੇ ਪਰਸਨਲੀ ਮੈਨੂੰ ਕੋਈ ਕੁਐਸਚਨ ਪੁੱਛੇ ਤਾਂ ਮੈਂ ਪੰਜਾਬ ਦੀ ਅਗਰ ਰੀਜਨਲ ਪਾਰਟੀ ਸਟਰੋਂਗ ਹੋਣੀਆਂ ਵੀ ਚਾਹੀਦੀਆਂ, ਲੇਕਿਨ ਮੁਕਾਬਲਾ ਇਸ ਵੇਲੇ ਜੇ ਅਸੀਂ ਦੇਖੀਏ ਕਿ ਮਹਿਲਾਂ ਨਾਲ ਸਾਡਾ ਪਹਿਲਾ ਮੁਕਾਬਲਾ ਰਹਿ ਚੁੱਕਿਆ, ਔਰ ਮਹਿਲਾਂ ਨੂੰ ਅਸੀਂ ਪਹਿਲਾਂ ਵੀ ਮੁੱਦੇ ਮੂੰਹ ਸੁੱਟ ਚੁੱਕੇ ਹਾਂ, ਔਰ ਇਹ ਮਹਿਲਾ ਵਾਲਿਆਂ ਨੂੰ ਵੀ ਚੰਗੀ ਤਰ੍ਹਾਂ ਪਤਾ ਨਾ। ਦੂਜੇ ਕੁਐਸਚਨ ਆਉਂਦਾ ਡਾਕਟਰ ਬਲਬੀਰ ਦਾ, ਆਮ ਆਦਮੀ ਪਾਰਟੀ ਦਾ ਨਾ। ਆਮ ਆਦਮੀ ਪਾਰਟੀ ਨੇ ਜੋ ਮਤਲਬ ਕਰ ਰਹੇ ਨੇ, ਜੋ ਉਹਨਾਂ ਦੀ ਕਾਰ ਗੁਜ਼ਾਰੀ ਆ, ਉਸ ਤੋਂ ਇਲਾਵਾ ਜਿਹੜਾ ਕੈਂਡੀਡੇਟ ਦਿੱਤਾ ਨਾ, ਉਹ ਵੀ ਇੱਕ ਕੁਐਸਚਨ ਦੇ ਵਿੱਚ ਹੈ। 3 ਸਾਲ ਦੀ ਸਜ਼ਾ ਹੋਈ ਵੀ ਆ ਉਹਨਾਂ ਨੂੰ, ਉਹਨਾਂ ਦੀ ਪਤਨੀ ਨੂੰ ਤੇ ਉਹਨਾਂ ਦੇ ਬੇਟੇ ਨੂੰ, ਉਹਨਾਂ ਦੇ ਸਾਲੀ ਵੱਲੋਂ ਹੀ, ਮਤਲਬ ਉਹਨਾਂ ਨੇ ਜ਼ਮੀਨ ਦੱਬੀ ਹੋਈ ਹੈ, ਘਰ ਦੱਬਿਆ ਹੋਇਆ ਜਿੱਥੇ ਉਹ ਰਹਿੰਦੇ ਆ, ਅਪੀਲ ਦੇ ਵਿੱਚ ਹੈ ਇਸ ਵੇਲੇ ਕੇਸ ਨਾ। ਤਾਂ ਉਸ ਤੋਂ ਇਲਾਵਾ ਉਹਨਾਂ ਦੀ ਇੱਕ FIR ਦਰਜ ਹੈ ਵਿੱਚ 420-68 ਮਤਲਬ ਫੋਰਜਰੀ ਦੇ ਜਿਹੜੇ ਡਾਕੂਮੈਂਟਸ ਬਣਾਏ ਹੋਏ ਆ ਤੇ ਚੀਟਿੰਗ ਕੀਤੀ ਹੋਈ ਆ, ਉਹਦਾ ਕੇਸ ਦਰਜ ਹੈ। ਤਾਂ ਅਗਰ ਤੁਸੀਂ ਸਾਰਾ ਕੁਝ ਦੇਖੋ ਤਾਂ ਇੱਕ ਦਾਗੀ ਨੂੰ ਚਿਤਾਉਣਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਹੀ ਹੋਊਗਾ ਇਸ ਵੇਲੇ। ਜ਼ਰੂਰੀ ਹੈ ਉਹ ਆਵਾਜ਼ ਉਠਾਉਣੀ। ਡਾਕਟਰ ਗਾਂਧੀ ਦੀ ਇੱਕ ਪ੍ਰੀਵੀਅਸ ਪ੍ਰੋਫਾਈਲ ਵੀ ਰਹੀ ਹੈ ਜੀ ਇਸ ਤੋਂ ਇਲਾਵਾ, ਕਿ ਉਹਨਾਂ ਨੇ ਪੰਜਾਬ ਦੇ ਮੁੱਦੇ ਸੈਂਟਰ ਦੇ ਵਿੱਚ ਬੇਧੜਕ ਹੋ ਕੇ ਚੁੱਕੇ ਨੇ। ਇਸ ਤੋਂ ਇਲਾਵਾ 8 ਬਿੱਲ ਪੇਸ਼ ਕੀਤੇ ਨੇ ਨਾ, ਪਟਿਆਲੇ ਦੇ ਵਿੱਚ ਰੇਲਵੇ ਲਾਈਨ ਨੂੰ ਇੰਟਰੋਡਿਊਸ ਕੀਤਾ, ਪਾਸਪੋਰਟ ਆਫਿਸ ਇੰਟਰੋਡਿਊਸ ਕੀਤਾ, ਉਹ ਬੱਚਿਆਂ ਨੂੰ
ਫਰਨੀਚਰ ਤੱਕ ਮੁਹੱਈਆ ਕਰਵਾਇਆ, ਜਿਹੜੇ ਬੱਚੇ ਹੁਣ ਤੱਕ ਆਜ਼ਾਦੀ ਤੋਂ ਹੁਣ ਇੰਨੇ ਸਾਲਾਂ ਤੱਕ ਵੀ ਬੋਰੀਆਂ ਤੇ ਬਹਿੰਦੇ ਰਹੇ ਆ, ਤਾਂ ਉਹਨਾਂ ਦੀ ਇੱਕ ਪ੍ਰੋਫਾਈਲ ਹੈ, ਆਪਣੀ ਪ੍ਰੋਫਾਈਲ ਹੈ। ਡਾਕਟਰੀ ਕਿੱਤੇ ਦੇ ਵਿੱਚ ਉਹ 100% ਉਹਨਾਂ ਨੇ ਆਪਦਾ ਦਿੱਤਾ। ਉਸ ਤੋਂ ਇਲਾਵਾ ਜੇ ਉਹਨਾਂ ਦੀ ਸਟੂਡੈਂਟ ਲਾਈਫ ਤੋਂ ਸ਼ੁਰੂ ਹੋ ਜਾਈਏ, ਉਸ ਵੇਲੇ ਵੀ ਉਹ ਜੇਲ੍ਹਾਂ ਭੁਗਤਦੇ ਰਹੇ ਨੇ, ਤਾਂ ਸੱਚ 'ਚ ਡਟਣਾ, ਸੱਚ ਦੇ ਨਾਲ ਡਟਣਾ ਉਹਨਾਂ ਦੀ ਫਿਤਰਤ ਰਹੀ ਹੈ। ਅਦਰਵਾਈਜ਼ ਜਿੰਨੇ ਕੁ ਕੁਐਸਚਨ ਬੀਂਗ ਪੰਜਾਬੀ ਸਾਡੇ ਸਾਰਿਆਂ ਦੇ ਕਾਂਗਰਸ ਤੇ ਹੈਗੇ ਨੇ, ਉਹ ਕਿਤੇ ਨਾ ਕਿਤੇ ਜਾਇਜ਼ ਵੀ ਨੇ, ਹੋਣੇ ਵੀ ਚਾਹੀਦੇ ਆ, ਉਹਨਾਂ ਦੇ ਵੀ ਸੀ, ਹੈਗੇ ਵੀ ਨੇ ਔਰ ਸ਼ਾਇਦ ਰਹਿਣਗੇ ਵੀ, ਲੇਕਿਨ ਇਹ ਇੱਕ ਹਿਸਟੋਰੀਕਲ ਮੋੜ ਹੋਣਾ ਤੇ ਉਹਨਾਂ ਦਾ ਕਾਂਗਰਸ ਦੇ ਨਾਲ ਤੁਰਨਾ ਜ਼ਰੂਰੀ ਸੀ। ਪਤਾ ਨਹੀਂ ਅੱਗੋਂ ਕੀ ਹੋਣਾ, ਹਾਲਾਤ ਕਿਵੇਂ ਦੇ ਬਣਨੇ ਆ, ਲੇਕਿਨ ਇਸ ਵੇਲੇ ਕਾਂਗਰਸ ਨੂੰ ਸਟਰੋਂਗ ਕਰਨਾ, ਕਿਉਂਕਿ ਆਪੋਜੀਸ਼ਨ ਪਾਰਟੀ ਇਸ ਵੇਲੇ ਸੈਂਟਰ 'ਚ ਜੇ ਕੋਈ ਮੁਕਾਬਲਾ ਦੇ ਸਕਦੀ ਹੈ ਬੀਜੇਪੀ ਨੂੰ, ਦੈਟ ਇਜ਼ ਕਾਂਗਰਸ ਓਨਲੀ। ਔਰ ਕਾਂਗਰਸ ਦਾ ਦੂਜੀਆਂ ਰੀਜਨਲ ਪਾਰਟੀਜ਼ ਦੇ ਨਾਲ ਅਲਾਇੰਸ ਹੋਣਾ, ਇੰਡੀਆ ਲੈਵਲ ਤੇ ਅਲਾਇੰਸ ਹੋਣਾ, ਉਹ ਇਸ ਚੀਜ਼ ਨੂੰ ਆਪਦੇ ਆਪ 'ਚ ਇੱਕ ਬਹੁਤ ਵੱਡਾ ਪ੍ਰੂਫ ਹੈ ਕਿ ਜਿਹੜੀ ਕਾਂਗਰਸ ਨੂੰ ਸਟਰੈਂਥ ਦੇਣੀ, ਸਾਰੇ ਜ਼ਰੂਰੀ ਸੋਚਦੇ ਆ ਕਿ ਕਾਂਗਰਸ ਨੂੰ ਸਟਰੈਂਥ ਦਿੱਤੀ ਜਾਣੀ ਚਾਹੀਦੀ ਹੈ, ਤੇ ਉਵੇਂ ਹੀ ਡਾਕਟਰ ਗਾਂਧੀ ਵੀ ਸੋਚਦੇ ਆ ਤੇ ਅਸੀਂ ਸਾਰੇ ਵੀ ਸੋਚਦੇ ਹਾਂ। ਜੀ 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 ਅੱਛਾ ਭੈਣ ਜੀ, ਇੱਕ ਚੀਜ਼ ਹੋਰ ਆ ਜਿਹੜਾ ਕਨਫਿਊਜ਼ਨ ਹੋ ਸਕਦਾ ਵੋਟਰਾਂ ਦੇ ਦਿਮਾਗ ਦੇ ਵਿੱਚ ਵੀ ਹੋਏ। ਡਾਕਟਰ ਸਾਹਿਬ ਆਮ ਆਦਮੀ ਪਾਰਟੀ ਤੋਂ MP ਬਣੇ, ਉਸ ਤੋਂ ਬਾਅਦ ਚਲੋ ਉਧਰਲੇ ਪਾਸੇ ਤੋਂ ਅਲੱਗ ਹੋ ਗਏ, ਫਿਰ ਦੁਬਾਰਾ ਤੋਂ ਇਲੈਕਸ਼ਨ ਲੜੇ, ਇਲੈਕਸ਼ਨ ਹਾਰ ਜਾਂਦੇ ਆ, ਹੁਣ ਕਾਂਗਰਸ ਵੱਲ ਆ ਗਏ ਆ। ਹੁਣ ਲੋਕ ਆਖਣਗੇ ਕਿ ਯਾਰ ਹਰ ਵਾਰ ਤੁਸੀਂ ਸਹੀ ਹੋ, ਕੀ ਲੱਗਦਾ ਕਿ ਬਾਈ ਦੂਸਰੇ ਕੋਈ ਉਹਨਾਂ 'ਚੋਂ ਕੋਈ ਸਹੀ ਨਹੀਂ ਹੈ, ਅਗਲੇ ਬੰਦੇ ਹੋ ਸਕਦਾ ਤੁਹਾਨੂੰ ਕੱਲ੍ਹ ਨੂੰ ਕ੍ਰੋਸ ਕੁਐਸਚਨ ਵੀ ਹੋਣ ਜਾ ਕੇ ਜਦੋਂ ਤੁਸੀਂ ਫੀਲਡ ਦੇ ਵਿੱਚ ਜਾਓਗੇ ਲੋਕਾਂ ਕੋਲ ਤਾਂ? ਜੀ ਐਕਚੁਅਲੀ ਮੈਂ ਨਾ ਤੁਹਾਨੂੰ ਇੱਕ ਗੱਲ ਸੁਣਾਉਣੀ ਆ। ਜਸਵੰਤ ਸਿੰਘ ਕੰਵਲ ਹੋਰਾਂ ਨੂੰ ਐਵੇਂ ਕਿਸੇ ਨੇ ਸਵਾਲ ਪੁੱਛਿਆ ਸੀਗਾ, ਉਹ ਕਹਿੰਦੇ ਤੂੰ ਕਾਮਰੇਡਾਂ ਨਾਲ ਵੀ ਤੁਰ ਪਿਆ ਸੀ, ਤੂੰ ਖਾੜਕੂਆਂ ਨਾਲ ਵੀ ਤੁਰ ਪਿਆ, ਹਨਾ, ਤੂੰ ਸਭ ਨਾਲ ਹੀ ਤੁਰ ਪੈਂਦਾ, ਤੇਰਾ ਸਟੈਂਡ ਹੈ ਨੀ ਕੋਈ? ਤਾਂ ਉਸ ਬੰਦੇ ਨੇ ਇੱਕ ਉਹਦਾ ਜਵਾਬ ਦਿੱਤਾ ਸੀਗਾ ਕਿ ਮੈਂ ਇੱਕ ਉਮੀਦ ਨਾਲ ਤੁਰਦਾ, ਮੈਂ ਪੰਜਾਬ ਲਈ ਇੱਕ ਉਮੀਦ ਨਾਲ ਤੁਰਦਾ, ਤੇ ਉਹ ਉਮੀਦ ਮੈਨੂੰ ਜਿੱਥੇ ਵੀ ਦਿਖਦੀ ਹੈ ਤੇ ਮੈਂ ਉਹਦੇ ਨਾਲ ਤੁਰਦਾ, ਤੇ ਮੈਂ ਹਮੇਸ਼ਾ ਹੀ ਤੁਰਦਾ ਰਹੂੰਗਾ। ਹੁਣ ਨੋ ਡਾਊਟ ਇੱਕ ਪੋਲੀਟੀਕਲ ਫਲੈਕਸੀਬਿਲਿਟੀ ਦਾ ਹੋਣਾ ਜ਼ਰੂਰੀ ਤਾਂ ਹੈ, ਤੇ ਇਹ ਸਵਾਲ ਕਿਤੇ ਵੀ ਜਾ ਸਕਦੇ, ਪਰ ਉਹੀ ਗੱਲ ਹੈ, ਉਹਦਾ ਜਵਾਬ ਮੇਰੇ ਕੋਲ ਵੀ ਇਹੀ ਹੈ ਕਿ ਅਸੀਂ ਇੱਕ ਉਮੀਦ ਨਾਲ ਤੁਰੇ ਹੋਏ ਹਾਂ ਔਰ ਪੰਜਾਬ ਦੀ ਜਾਂ ਇਸ ਧਰਤੀ ਦੀ ਬਿਹਤਰੀ ਲਈ ਸਾਨੂੰ ਜਿਹਦੇ ਨਾਲ ਵੀ ਤੁਰਨਾ ਪਊਗਾ ਤਾਂ ਡੈਫੀਨੇਟਲੀ ਅਸੀਂ ਤੁਰਾਂਗੇ, ਤਾਂ ਡੈਫੀਨੇਟਲੀ ਤੁਰਾਂਗੇ। ਤਾਂ ਇਸ ਕਰਕੇ ਅਸੀਂ ਸਾਨੂੰ ਸਾਡਾ ਤੁਰਨਾ ਇਸ ਵੇਲੇ ਮਜਬੂਰੀ ਵੀ ਹੈ ਤੇ ਜ਼ਰੂਰਤ ਵੀ ਹੈ। ਜੀ 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 ਅੱਛਾ ਭੈਣ ਜੀ, ਕੱਲ੍ਹ ਨੂੰ ਹਾਲਾਤ ਬਦਲ ਜਾਂਦੇ ਆ ਜਾਂ ਹਾਲਾਤ ਕੁਛ ਹੋਰ ਹੋ ਜਾਂਦੇ ਆ, ਤੇ ਜੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਨਾਲ ਹੀ ਤੁਰਨਾ ਪੈ ਗਿਆ, ਫਿਰ ਕੀ ਕਰੋਗੇ? ਮਤਲਬ ਉਸ ਵੇਲੇ ਮਜਬੂਰੀ ਬਣ ਜਾਂਦੀ ਕਿ ਜ਼ਰੂਰੀ ਹੈ ਜੀ, ਹੁਣ ਮਜਬੂਰੀ ਵੀ ਹੈ ਜ਼ਰੂਰੀ ਵੀ ਹੈ, ਫਿਰ ਕੀ ਕਰੋਗੇ? ਨਹੀਂ, ਇੱਕ ਚੀਜ਼ ਤਾਂ ਅਸੀਂ ਮੰਨਦੇ ਹਾਂ ਨਾ ਜਸਪਾਲ ਜੀ ਕਿ ਆਮ ਆਦਮੀ ਪਾਰਟੀ ਨਾਲ ਤੁਰਨਾ ਮਜਬੂਰੀ ਹੋ ਨਹੀਂ ਸਕਦੀ, ਕਿਉਂਕਿ ਆਮ ਆਦਮੀ ਇੱਕ ਉਮੀਦ ਨਾਲ ਤੁਰਦੇ ਹਾਂ। ਅਸੀਂ ਕਾਂਗਰਸ ਨਾਲ ਤੁਰਨ ਨੂੰ ਤਿਆਰ ਨਹੀਂ ਸੀ, ਅਸੀਂ ਰਾਹੁਲ ਗਾਂਧੀ ਨਾਲ ਤੁਰੇ ਹਾਂ। ਰਾਹੁਲ ਗਾਂਧੀ ਇੱਕ ਆਈਡੀਓਲੋਜੀਕਲ ਪਰਸਨ ਹੈ, ਕਾਂਗਰਸ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਤੱਕ ਹਜੇ ਤੱਕ ਪਿਛਲੇ ਦਿਨ ਦੀ ਹਿਸਟਰੀ ਤੋਂ ਚੱਕ ਕੇ, ਕਿਉਂਕਿ ਮੈਂ ਖੁਦ ਵਿੱਚ ਗੇੜਾ ਕੱਢ ਕੇ ਆਈ ਹੋਈ ਹਾਂ ਔਰ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਦੇ ਵਿੱਚ ਕੀ ਹੈ, ਕੋਈ ਲੌਜਿਕ ਦੇ ਨਾਮ ਤੇ ਜਾਂ ਕੋਈ ਇੰਟਰਾ ਪਾਰਟੀ ਕੋਈ ਡੈਮੋਕ੍ਰੇਸੀ ਦੇ ਨਾਮ ਤੇ, ਈਵਨ ਉਸ ਤੋਂ ਬਾਹਰ ਵੀ ਉਹ ਦਿੱਲੀ ਨੂੰ ਜਵਾਬਦੇਹੀ ਆ ਉਹਨਾਂ ਦੀ ਹਰ ਚੀਜ਼ ਲਈ, ਬਲਕਿ ਇੱਥੇ ਜਿਹੜੀਆਂ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਦਿੱਲੀ ਵੱਲੋਂ ਵਾਲੇ ਲਾਏ ਜਾ ਰਹੇ ਨੇ, ਹਰਿਆਣੇ ਵਾਲੇ ਲਾਏ ਜਾ ਰਹੇ ਨੇ, ਸਾਡੇ ਆਪਦੇ ਨੌਜਵਾਨਾਂ ਨਾਲ ਧੱਕਾ ਕਰਕੇ ਸਾਡੇ ਆਪਦੇ ਬੱਚਿਆਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਤੇ ਉਹਨਾਂ ਨੂੰ ਇੱਥੇ ਨੌਕਰੀਆਂ ਤੇ ਲਾਇਆ ਜਾਂਦਾ ਹੈ। ਤਾਂ ਆਮ ਆਦਮੀ ਪਾਰਟੀ ਨਾਲ ਤੁਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਐਟਲੀਸਟ ਜੇ ਕੋਈ ਵੀ ਤੁਰੂਗਾ ਮੈਂ ਆਪਦੀ ਗਰੰਟੀ ਇੰਨੀ ਜ਼ਰੂਰ ਦੇ ਸਕਦੀ ਹਾਂ ਕਿ ਮੈਂ ਆਮ ਆਦਮੀ ਪਾਰਟੀ ਨਾਲ ਕਦੇ ਨਹੀਂ ਤੁਰ ਸਕਦਾ। ਜੀ ਪਰ ਅਗਲੇ ਅਲਾਇੰਸ ਦੇ ਵਿੱਚ ਤਾਂ ਹੈਗੇ, ਚਾਹੇ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਤੇ ਚੱਲੇ ਜਾ ਰਿਹਾ ਭੈਣ ਜੀ। ਜਸਪਾਲ ਜੀ ਇੱਕ ਗੱਲ ਇੱਥੇ ਬੜੀ ਕਲੀਅਰ ਹੈ ਕਿ ਜੋ ਕੰਮ ਜੋ ਹਰਕਤਾਂ ਬਲਕਿ ਜੇ ਵਰਡ ਮੈਂ ਬੋਲੂੰਗੀ ਜੋ ਹਰਕਤਾਂ ਦਿੱਲੀ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ, ਬੀਜੇਪੀ ਸਰਕਾਰ ਕਰ ਰਹੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਹਰਕਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ ਔਰ ਬੜਾ ਕਲੀਅਰ ਹੈ। ਖਹਿਰਾ ਸਾਹਿਬ ਤੇ ਪਰਚੇ ਦਰਜ ਕਰਨ ਤੋਂ ਲੈ ਕੇ
ਉਹਨਾਂ ਨੂੰ ਮਤਲਬ ਤੂੰ ਤਿੱਤਲੀ ਆ, ਤੂੰ ਫਲਾਣਾ ਠਮਕਾਣਾ, ਉਹਨਾਂ ਨੇ ਕਿਹਨੂੰ ਟਿਕਟਾਂ ਦਿੱਤੀਆਂ ਨੇ? ਹੁਣ ਉਹੀ ਜੀ ਤਿੱਤਲੀਆਂ ਨੂੰ ਟਿਕਟਾਂ ਇਹਨਾਂ ਨੇ ਦਿੱਤੀਆਂ ਨੇ। ਫਿਰ ਜੇ ਦੇਖਿਆ ਜਾਵੇ ਇਹਨਾਂ ਦੀ ਜੀ ਭਾਸ਼ਾ ਦਾ, ਜੇ ਮੈਂ ਸ਼ਬਦ ਵਰਤਾਂ ਤਾਂ ਜੀ ਨਾ, ਤਾਂ ਗੱਲ ਜੇ ਤੋਂ ਇਹ ਆਉਂਦੀ ਹੈ ਨਾ ਕਿ ਅਲਾਇੰਸ ਉਹ ਦਿੱਲੀ ਤੱਕ ਅਲਾਇੰਸ ਹੋ ਸਕਦਾ, ਪੰਜਾਬ ਤੋਂ ਬਾਹਰ ਅਲਾਇੰਸ ਹੋ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਉਸ ਚੀਜ਼ ਨੂੰ ਹੰਢਾ ਚੁੱਕੇ ਹਾਂ, ਅਸੀਂ ਭੁਗਤ ਚੁੱਕੇ ਹਾਂ, ਤੇ ਅਸੀਂ ਬਿਲਕੁਲ ਉਸ ਅਲਾਇੰਸ ਦਾ ਖਿਲਾਫਤ ਕੀਤੀ ਹੈ, ਔਰ ਇਸ ਚੀਜ਼ ਸਭ ਨੇ ਮੰਨਿਆ ਵੀ ਹੈ, ਅਲਾਇੰਸ ਪਾਰਟਨਰਸ ਨੇ ਵੀ ਮੰਨਿਆ। ਇਸੇ ਕਰਕੇ ਪੰਜਾਬ ਦੇ ਵਿੱਚ ਅਲਾਇੰਸ ਵੀ ਹੈ ਨੀਗਾ, ਜੀ ਜਿੱਥੇ ਤੱਕ ਅਲਾਇੰਸ ਹੈਗਾ ਨਿਭਦਾ ਅਗਲੇ ਨਿਭਾ ਸਕਦੇ ਆ। ਹੁਣ ਮੇਰਾ ਕਾਂਗਰਸ ਦੇ ਨਾਲ ਪਰਸਨਲੀ ਤਾਂ ਸੱਚ ਕੋਈ ਸਿੰਪਥੀ ਜਾਂ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ ਕਿ ਮੈਂ ਉਹਨਾਂ ਨੂੰ ਜਾ ਕੇ ਕਹਾਂ ਵੀ ਤੁਸੀਂ ਐਂ ਨਾ ਕਰੋ। ਹਾਂ, ਪੰਜਾਬ ਦੇ ਵਿੱਚ ਸਾਡਾ, ਅਸੀਂ ਸਟਰੋਂਗਲੀ ਬੋਲ ਸਕਦੇ ਹਾਂ ਔਰ ਸਾਡਾ ਬੋਲਣਾ ਫਰਜ਼ ਵੀ ਬਣਦਾ। ਉਹ ਕਹਿੰਦੇ ਆ ਹਰ ਮਿੱਟੀ ਦੀ ਆਪਣੀ ਇੱਕ ਖਸਲਤ ਹੁੰਦੀ ਹੈ, ਸਾਡੀ ਖਸਲਤ ਹੀ ਬਗਾਵਤ ਵਾਲੀ ਹੈ, ਤੇ ਅਸੀਂ ਬਾਗੀਆਂ ਨਾਲ ਤਾਂ ਤੁਰ ਸਕਦੇ ਹਾਂ, ਅਸੀਂ ਧੱਕੇ ਕਰਨ ਵਾਲਿਆਂ ਨਾਲ ਕਦੇ ਨਹੀਂ ਤੁਰ ਸਕਦੇ। ਜੀ 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 ਅੱਛਾ ਭੈਣ ਜੀ, ਇੱਕ ਚੀਜ਼ ਹੋਰ ਜ਼ਰਾ ਸਾਫ਼ ਕਰਿਓ ਕਿ ਪਟਿਆਲਾ ਦੇ ਵਿੱਚ, ਚਲੋ ਤੁਸੀਂ ਦੱਸ ਦਿੱਤਾ ਪਹਿਲਾਂ ਵੈਸੇ ਕਿ ਮਹਿਲਾ ਵਾਲਿਆਂ ਨੂੰ ਤਾਂ ਪਹਿਲੇ ਅਸੀਂ ਮੁੱਦੇ ਮਾਰ ਦਿੱਤਾ, ਤਾਂ ਇਸ ਵਾਰ ਕਿਹੜੇ ਟਾਰਗੇਟ 'ਤੇ ਲੱਗਦੇ ਨੇਗੇ? ਇਸ ਵਾਰ ਆਮ ਆਦਮੀ ਪਾਰਟੀ ਟਾਰਗੇਟ 'ਤੇ ਜਾਂ ਕੋਈ ਹੋਰ ਹੈਗਾ? ਨਹੀਂ, ਸਾਡੇ ਟਾਰਗੇਟ 'ਤੇ ਤਾਂ ਸਾਰੇ ਹੀ ਹੈ ਜਸਪਾਲ ਜੀ, ਜੀ ਵਿਰੋਧੀ ਤੇ ਟਾਰਗੇਟ 'ਤੇ ਹੀ ਹੁੰਦੀ ਹੈ ਨਾ, ਫਿਰ ਜੀ ਜੀ ਜਿਹੜੇ ਵੀ ਵਿਰੋਧ 'ਚ ਖੜੇ ਨੇ ਉਹ ਟਾਰਗੇਟ 'ਤੇ ਹੀ ਹੁੰਦੇ ਨੇ ਨਾ। ਜੀ ਸਾਡਾ, ਸਾਨੂੰ ਤਾਂ ਸਿਰਫ ਇਸ ਵੇਲੇ ਉਹ ਅੱਖ ਦਿਖਦੀ ਹੈ ਜਿਹੜੀ ਅਰਜਨ ਨੂੰ, ਅਰਜਨ ਵਾਲੀ ਅੱਖ ਦਿਖਦੀ ਹੈ ਸਾਨੂੰ। ਅਸੀਂ ਤਾਂ ਜਿੱਤਣਾ ਤੇ ਆਪਦੀ ਜਿਹੜੀ ਆਪਦੇ ਪਟਿਆਲੇ ਲਈ, ਆਪਦੇ ਪੰਜਾਬ ਲਈ ਤੇ ਆਪਦੇ ਭਾਰਤ ਦੀ ਲੜਾਈ ਲੜਨੀ ਹੈ। ਔਰ ਮੈਨੂੰ ਇਹ ਚੀਜ਼ ਦਾ ਪੂਰੀ ਤਰ੍ਹਾਂ ਯਕੀਨ ਹੈ ਔਰ ਬਲਕਿ ਪਤਾ ਹੀ ਹੈ ਕਿ ਡਾਕਟਰ ਗਾਂਧੀ ਦੀ ਜੋ ਆਵਾਜ਼ ਸੈਂਟਰ ਦੇ ਵਿੱਚ ਗੂੰਜੂਗੀ ਉਹ ਸੌ ਕੇ ਨਹੀਂ ਮੁੜਨਗੇ, ਉਹ ਗੱਲਾਂ ਕਰਕੇ ਜਾਂ ਕਵਿਤਾਵਾਂ ਸੁਣਾ ਕੇ ਨਹੀਂ ਮੁੜਨਗੇ, ਉਹ ਜੋ ਬੋਲਣਗੇ ਮੁੱਦੇ ਦੀ ਗੱਲ ਕਰਨਗੇ, ਉਹਦੇ ਸੋਲਿਊਸ਼ਨ ਲੈ ਕੇ ਮੁੜਨਗੇ। ਇੱਕ MP ਕੋਲ ਇੱਕ 5 ਕਰੋੜ ਦੀ ਗ੍ਰਾਂਟ ਆਉਂਦੀ ਹੈ, ਫਿਰ ਵੀ 1150 ਕਰੋੜ ਦਾ ਪ੍ਰੋਜੈਕਟ ਉਹਨਾਂ ਨੇ ਰੇਲਵੇ ਦਾ ਪਾਸ ਕਰਵਾਇਆ ਮਿਹਨਤ ਕਰਕੇ, ਵਾਰ ਵਾਰ ਰੇਲਵੇ ਮਿਨਿਸਟਰ ਦੀਆਂ ਮਿੰਨਤਾਂ ਕਰਕੇ, ਉਹਨਾਂ ਕੋਲੇ ਆਪਦੀ ਸਿਚੁਏਸ਼ਨ ਦੱਸ ਕੇ। ਅਦਰਵਾਈਜ਼ ਬਹੁਤ ਸਾਰੇ ਲੀਡਰਾਂ ਨੂੰ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਹਾਂ ਕਿ ਉਹਨਾਂ ਨੂੰ ਸਿਰਫ ਆਪਦੇ ਘਰ, ਆਪਦੇ ਬੱਚੇ ਤੇ ਆਪਦੇ ਪਰਿਵਾਰ ਦਿਖਦੇ ਹੁੰਦੇ, ਆਪਦੇ ਕੁਨਬੇ ਦਿਖਦੇ ਹੁੰਦੇ ਆ। ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਜਿਸ ਹਲਕੇ ਨੇ ਮੈਨੂੰ ਰਿਪ੍ਰੈਜੈਂਟੇਟਿਵ ਬਣਾ ਕੇ ਭੇਜਿਆ, ਮੈਨੂੰ ਚੁਣ ਕੇ ਭੇਜਿਆ, ਮੇਰੇ ਉਹਨਾਂ ਲਈ ਫਰਜ਼ ਬਣਦੇ ਆ ਤੇ ਮੈਂ ਇਹਨਾਂ ਲਈ ਕੰਮ ਕਰ। ਜੀ 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 ਅੱਛਾ ਭੈਣ ਜੀ, ਤੁਸੀਂ ਆਮ ਆਦਮੀ ਪਾਰਟੀ 'ਚ ਵੀ ਗੇੜਾ ਕੱਢ ਕੇ ਆਏ ਹੋ, ਉਹਨਾਂ ਦੀਆਂ ਬਰੀਕੀਆਂ ਵੀ ਜਾਣਦੇ ਹੋਗੇ। ਦੂਜੇ ਪਾਸੇ ਤੇ ਤੁਹਾਡੇ ਵਿਰੋਧੀ ਆ ਜਿਹੜੇ, ਚਲੋ ਸਾਰੀਆਂ ਸਿਆਸੀ ਪਾਰਟੀਆਂ ਵੈਸੇ ਇੱਕ ਪਾਸੇ ਸਟੇਟ ਆ, ਦੂਸਰੇ ਪਾਸੇ ਤੋਂ ਕੇਂਦਰ ਆ, ਉਹਨਾਂ ਕੋਲ ਇੰਨੀ ਜ਼ਿਆਦਾ ਪਾਵਰ ਆ, ਇੰਨੀ ਜ਼ਿਆਦਾ એનર્ਜੀ ਆ, ਇੰਨੀ ਜ਼ਿਆਦਾ ਮਸ਼ੀਨਰੀ ਆ, ਉਹ ਉਹਨਾਂ ਦੇ ਨਾਲ ਟੱਕਰੋਂਗੇ ਕਿਸ ਤਰ੍ਹਾਂ ਦੇ ਨਾਲ? ਜਾਂ ਗਾਂਧੀ ਸਾਹਿਬ ਕੋਲ ਆ, ਤੁਹਾਡੀ ਟੀਮ ਕੋਲ ਕੀ ਰਣਨੀਤੀ ਆ ਸੀ? ਦੇਖੋ ਜਸਪਾਲ ਜੀ, ਇਹ ਕੁਐਸਚਨ ਨਾ ਜਿਸ ਦਿਨ ਡਾਕਟਰ ਸਾਹਿਬ ਨੇ ਜੁਆਇਨ ਕੀਤਾ ਸੀ, ਉਸ ਦਿਨ ਉਹਨਾਂ ਨੂੰ ਦਿੱਲੀ ਇੱਕ ਪੱਤਰਕਾਰ ਨੇ ਪੁੱਛਿਆ ਸੀ ਕਿ ਤੁਹਾਨੂੰ ED ਤੋਂ ਜਾਂ ਹੋਰ ਡਰ ਨਹੀਂ ਲੱਗਦਾ ਕਿ ਇੰਨੇ ਸਾਰੇ ਉਹਨਾਂ ਤੇ ED ਦੀਆਂ ਰੇਡਸ ਪੈ ਰਹੀਆਂ ਨੇ ਜਾਂ ਪਰਚੇ ਜਾਂ ਲਾਲਚ ਸਭ ਕੁਝ ਹੀ ਦਿੱਤਾ ਜਾ ਰਿਹਾ ਉਹਨਾਂ ਨੂੰ ਆਪਦੇ ਨਾਲ ਰਲਾਉਣ ਨੂੰ, ਤੁਹਾਨੂੰ ਡਰ ਨਹੀਂ ਲੱਗਦਾ? ਤਾਂ ਉਸ ਦਿਨ ਡਾਕਟਰ ਸਾਹਿਬ ਨੇ ਇੱਕ ਜਵਾਬ ਦਿੱਤਾ ਸੀ ਕਿ ਜੇ ED ਦਾ ਡਰ ਹੁੰਦਾ ਤਾਂ ਮੈਂ ਅੱਜ ਇੱਥੇ ਬੈਠਾ ਤੁਹਾਡੇ ਨਾਲ ਗੱਲ ਨਾ ਕਰ ਰਿਹਾ ਹੁੰਦਾ ਨਾ। ਤਾਂ ਨੋ ਡਾਊਟ ਉਹਨਾਂ ਕੋਲੇ ਸਭ ਕੁਝ ਹੈ, ਸਟੇਟ ਦੀ ਮਸ਼ੀਨਰੀ ਉਹਨਾਂ ਕੋਲੇ ਹੈ, ਪਾਵਰ ਹੈ, ਪੈਸਾ ਹੈ, ਸਭ ਕੁਝ ਹੈ ਉਹਨਾਂ ਕੋਲੇ, ਪਰ ਸਾਡੇ ਪੱਲੇ ਸੱਚ ਹੈ। ਅਸੀਂ ਉਹ ਲੜਾਈ ਸੱਚ ਦੇ ਸਿਰ ਤੇ ਲੜਨੀ ਹੈ, ਸੱਚੇ ਲੋਕਾਂ ਦੇ ਸਿਰ ਤੇ ਲੜਨੀ ਹੈ, ਅਸੀਂ ਉਸ ਮਿੱਟੀ ਦੇ ਲੋਕਾਂ ਨੂੰ ਨਾਲ ਲੈ ਕੇ ਲੜਨਾ ਜਿਹੜੇ ਸੱਚੀ ਚਾਹੁੰਦੇ ਆ ਕਿ ਉਹਨਾਂ ਦੀਆਂ ਆਉਂਦੀਆਂ ਜਿਹੜੀਆਂ ਜਨਰੇਸ਼ਨ ਨੇ ਉਹ ਸੇਫ ਫੀਲ ਕਰਨ। ਨਹੀਂ ਤਾਂ ਅਦਰਵਾਈਜ਼ ਜਿਵੇਂ ਅਸੀਂ ਆਪਦੇ ਪੁਰਖਿਆਂ ਨੂੰ ਗਾਲਾਂ ਕੱਢਦੇ ਹਾਂ ਵੀ ਪਾਣੀ ਮੁਕਾਤਾ, ਸਰਹੱਦਾਂ ਬੰਨਤੀਆਂ, ਪੰਜਾਬ ਦਾ ਟੋਟਾ ਜਿਹਾ ਛੱਡਤਾ ਸਾਡੇ ਪੱਲੇ, ਤੇ ਸਾਡੀਆਂ ਜਨਰੇਸ਼ਨ ਵੀ ਸਾਨੂੰ ਗਾਲਾਂ ਕੱਢਣਗੀਆਂ। ਹੁਣ ਉਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਜਦੋਂ ਹਿਸਟਰੀ ਲਿਖੀ ਜਾਵੇ, ਇਤਿਹਾਸ ਲਿਖਿਆ ਜਾਵੇ, ਅਸੀਂ ਕਿਹੜੇ ਪਾਸੇ ਖੜੇ ਹੋਈਏ। ਤਾਂ ਸਹੀ ਪਾਸੇ ਖੜੇ ਹੋਣਾ ਜ਼ਿਆਦਾ ਜ਼ਰੂਰੀ ਹੈ ਉਹਦੇ ਨਾਲੋਂ ਕਿ ਅਸੀਂ ਜਿੱਤਣ ਦਾ ਕਿਹੜਾ, ਕੌਣ ਕਿਹੜਾ ਤਰੀਕਾ ਅਪਣਾ ਰਿਹਾ ਹੈ। ਅਸੀਂ ਸੱਚ ਦੇ ਨਾਲ ਲੜਾਈ ਲੜਨੀ ਹੈ, ਸਿਰਫ ਸਾਡੇ ਪੱਲੇ ਸੱਚ ਹੈ। ਜੀ 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 ਅੱਛਾ ਭੈਣ ਜੀ, ਮੇਰਾ ਇੱਕ ਹੋਰ ਸਵਾਲ ਤੁਹਾਨੂੰ ਆ
ਕਿ ਬਿਸ਼ੱਕ ਉਹਦੇ ਵਿੱਚ ਮਾਨ ਸਾਹਿਬ ਦੇ ਬੱਚੇ ਹੋਣ ਜਾਂ ਕਹਿ ਲਓ ਕਿ ਪੁਰਾਣੇ ਵਲੰਟੀਅਰ ਹੋਣ ਤੁਹਾਡੇ ਨਾਲ ਜਿਹੜੇ ਆਮ ਆਦਮੀ ਪਾਰਟੀ 'ਚ ਕੰਮ ਕਰਕੇ ਆਏ ਆ, ਉਹ ਸਾਰੇ ਜੀ ਤੁਹਾਡੇ ਨਾਲ ਜੀ ਜੁੜੇ ਹੋਏ ਆ, ਉਹਨਾਂ ਨੇ ਕੀ ਜੀ ਟਿੱਪਣੀ ਆ ਖਾਸ ਕਰਕੇ, ਕਿਉਂਕਿ ਜ਼ੋਰ ਇੱਥੇ ਮਾਨ ਸਾਹਿਬ ਦਾ ਵੀ ਲੱਗਿਆ ਕਿਉਂਕਿ ਉਹਨਾਂ ਦੇ ਮੰਤਰੀ ਖੜੇ ਹੋਏ ਨੇਗੇ, ਦੂਜੇ ਪਾਸੇ ਤੋਂ ਸਿਸਟਮ ਸਾਰਾ ਕੁਝ ਜੋ ਕੁਝ ਚੱਲਣਾ ਉਹ ਚੱਲਣਾ ਹੀ ਚੱਲਣਾ ਆਉਣ ਵਾਲੇ ਟਾਈਮ 'ਚ, ਚਲੋ ਚੀਜ਼ਾਂ ਸਾਫ਼ ਹੋਣਗੀਆਂ, ਉਹਨਾਂ ਦੀ ਕੀ ਪ੍ਰਤੀਕਿਰਿਆ ਆਈ ਹੈ ਤੁਹਾਡੇ ਕੋਲ ਜਾਂ ਜਿੰਨੇ ਵੀ ਕੋਈ ਉਹਨਾਂ ਵਲੰਟੀਅਰ ਆ ਪੁਰਾਣੇ ਸਾਬਕਾ ਵਲੰਟੀਅਰ ਗੱਲ ਕਰ ਰਹੇ, ਜਿਹੜੇ 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 ਵੀ ਇਸ ਵੇਲੇ ਉਹਨਾਂ ਦੀ ਨੀਤੀਆਂ ਤੋਂ ਨਾ ਖੁਸ਼ ਨੇ? ਉਹ ਆਪ ਆਉਂਦੇ ਨੇ ਜੀ ਸਾਡੇ ਕੋਲੇ ਪਹੁੰਚ ਕਰਦੇ ਨੇ। ਜੀ ਅਗਰ ਮੈਂ ਕਹਾਂ ਕਿ ਡਾਕਟਰ ਬਲਬੀਰ ਦੇ ਹਲਕੇ ਦੇ ਲੋਕ ਹੀ ਉਹਨਾਂ ਤੋਂ ਇੰਨੇ ਕੁ ਨਾਰਾਜ਼ ਨੇ, ਉਹ ਖੁਦ ਚੱਲ ਕੇ ਆਉਂਦੇ ਨੇ ਸਾਡੇ ਕੋਲ ਔਰ ਦੱਸਦੇ ਨੇ ਕਿ ਸਾਡੇ ਨਾਲ ਕੀ ਕੀ ਧੱਕਾ ਹੋਇਆ, ਹਨਾ। ਬਲਕਿ ਇੱਥੋਂ ਤੱਕ ਵੀ ਮੇਰੇ ਕੋਲੇ ਪਰਸਨਲ ਤੌਰ ਤੇ ਇਸ ਤਰ੍ਹਾਂ ਦੇ ਲੋਕ ਮੈਂ ਜਾਣਦੀ ਹਾਂ ਜਿਨ੍ਹਾਂ ਨੇ ਉਹਨਾਂ ਦੇ ਬੂਥ ਤੱਕ ਲਾਏ ਸੀ ਤੇ ਇਹਨਾਂ ਨੇ ਉਹਨਾਂ ਤੇ ਪਰਚੇ ਦਰਜ ਕਰਵਾਏ, ਹੁੰਦਕਾਂ ਦੇ ਵਿੱਚ ਪਰਚੇ ਦਰਜ ਕਰਵਾਏ, ਕਿਸੇ ਪਾਸੇ ਦੂਜੇ ਪਾਸੇ ਪੈਸੇ ਲੈ ਕੇ ਪਰਚੇ ਦਰਜ ਕਰਵਾਏ, ਤਾਂ ਇਹਨਾਂ ਨੇ ਆਪਦੇ ਵਾਲੰਟੀਅਰਸ ਨੂੰ ਬਹੁਤ ਤੰਗ ਕੀਤਾ। ਦੂਜੇ ਤੁਸੀਂ ਮਾਨ ਸਾਹਿਬ ਦੇ ਪਰਿਵਾਰ ਦੀ ਗੱਲ ਕਰਦੇ ਹੋ, ਉਹ ਮੇਰਾ ਬਹੁਤ ਨਜ਼ਦੀਕੀ ਪਰਿਵਾਰ ਹੈ, ਮੇਰੀ ਦੋਸਤ ਹੈ ਉਹ, ਤੇ ਇੰਦਰਪ੍ਰੀਤ ਹੋਰਾਂ ਦਾ ਮੇਰੇ ਕੋਲ ਹਜੇ ਕੱਲ ਹੀ ਮੈਸੇਜ ਆਇਆ ਕਿ ਮੈਨੂੰ ਕਿਸੇ ਨੇ ਕਿਹਾ ਹੈ ਕਿ ਤੂੰ ਡਾਕਟਰ ਗਾਂਧੀ ਦੀ ਹਮਾਇਤ ਨਾ ਕਰ ਨਾ, ਕਿਉਂਕਿ ਆਮ ਆਦਮੀ ਪਾਰਟੀ ਕਰਕੇ ਰੀਸੈਂਟ। ਤਾਂ ਉਹਨਾਂ ਨੇ ਇੱਕ ਗੱਲ ਦਾ ਜਵਾਬ ਦਿੱਤਾ ਕਿ ਮੈਂ ਡਾਕਟਰ ਗਾਂਧੀ ਦੀ ਤਾਂ ਜਿਹੜੀ ਹੈਲਪ ਕਰਦੀ ਹਾਂ, ਸਮਰਥਨ ਕਰਦੀ ਹਾਂ, ਮੈਂ ਹਰਮੀਤ ਤੇ ਭਰੋਸਾ ਕਰਦੀ ਹਾਂ, ਬਿਕੋਜ਼ ਉਹ ਗਲਤ ਪਾਸੇ ਕਦੇ ਨਹੀਂ ਖੜੀ ਹੋਊਗੀ। ਜੇ ਹਰਮੀਤ ਇੱਥੇ ਨਾਲ ਖੜੀ ਹੈ, ਇਹ ਮੇਰੀ ਪ੍ਰੇਜ਼ ਲੱਗ ਸਕਦੀ ਹੈ ਇਸ ਵੇਲੇ, ਪਰ ਮੇਰੇ ਕੋਲੇ ਸੀਰੀਅਸਲੀ ਉਹਨਾਂ ਨੇ ਇਹੀ ਗੱਲ ਕਹੀ ਹੈ, ਉਹਨਾਂ ਤੋਂ ਵੀ ਪੁੱਛੀ ਜਾ ਸਕਦੀ ਹੈ ਨਾ। ਮਤਲਬ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡੇ ਇਸ ਜ਼ਰੀਏ, ਕਿ ਉਹਨਾਂ ਨੂੰ ਮੇਰੇ ਤੇ ਇੰਨਾ ਕੁ ਵਿਸ਼ਵਾਸ ਹੈ ਕਿ ਜੇ ਹਰਮੀਤ ਖੜੀ ਹੈ ਤਾਂ ਸਹੀ ਪਾਸੇ ਹੀ ਖੜੀ ਹੋਊਗੀ। ਤਾਂ ਇਹਦੇ 'ਚ ਮੇਰੀ ਵਡਿਆਈ ਨਾਲੋਂ ਮੈਨੂੰ ਇਹ ਲੱਗਦਾ ਕਿ ਡਾਕਟਰ ਗਾਂਧੀ ਸੱਚੀ ਹੋਈ ਵਾਕਈ ਇੱਕ ਇਹੋ ਜਿਹੇ ਇਮਾਨਦਾਰ ਉਮੀਦਵਾਰ ਨੇ, ਜੇ ਅਸੀਂ ਕਹੀਏ ਕਿ ਕਾਂਗਰਸ ਨੂੰ ਉਮੀਦਵਾਰ ਚੰਗਾ ਮਿਲਿਆ ਉਹਦੇ ਨਾਲੋਂ, ਕਿ ਕਾਂਗਰਸ ਮਜ਼ਬੂਤ ਹੋਈ ਹੈ ਡਾਕਟਰ ਗਾਂਧੀ ਕਰਕੇ, ਪੰਜਾਬ ਕਾਂਗਰਸ ਨਹੀਂ ਬਲਕਿ ਸੈਂਟਰ ਕਾਂਗਰਸ ਵੀ ਮਜ਼ਬੂਤ ਹੋਈ ਹੈ ਡਾਕਟਰ ਗਾਂਧੀ ਕਰਕੇ। ਉਹ ਟਿਕਟ ਮੰਗਣ ਨਹੀਂ ਸੀ ਗਏ, ਇਹ ਪੱਕੀ ਗੱਲ ਹੈ ਔਰ ਇਹ ਸਭ ਨੂੰ ਪਤਾ ਵੀ ਹੈ। ਉਹਨਾਂ ਕੋਲ ਟਿਕਟ ਚੱਲ ਕੇ ਆਈ ਹੈ ਔਰ ਉਹਨਾਂ ਦੀ ਇਮਾਨਦਾਰੀ ਨਹੀਂ ਚੱਲ ਕੇ ਆਈ ਹੈ ਜੀ। ਤਾਂ ਉਹ ਸਭ ਦੀਆਂ ਪ੍ਰਤੀਕਰਮਾਂ ਜਿਹੜੀਆਂ ਸਾਡੇ ਲਈ ਪੋਜ਼ਿਟਿਵ। ਜੀ। ਅੱਛਾ ਭੈਣ ਜੀ, ਕੌਣ ਲੋਕ ਨੇ ਜਿਹੜੇ ਸੁਨੇਹੇ ਭੇਜ ਰਹੇ ਇਸ ਤਰ੍ਹਾਂ ਦੇ ਨਾਲ ਕਿ ਡਾਕਟਰ ਗਾਂਧੀ ਦੇ ਨਾਲ ਨਾ ਖੜਨ, ਉਹਨਾਂ ਨੂੰ ਸੁਨੇਹਾ ਦਿਓ? ਕੀ ਮਤਲਬ ਸੱਤਾਧਾਰੀਆਂ ਦੇ ਕਰੀਬੀ ਆ ਕੋਈ, ਆ ਕੋਈ ਬਾਏ ਨੇਮ ਜਾਂ ਕੋਈ ਤੁਸੀਂ ਕਹਿੰਦੇ ਹੋ ਕੋਈ ਇਸ਼ਾਰਾ ਕਰਨਾ ਚਾਹੁੰਦੇ ਹੋ ਤਾਂ? ਨਹੀਂ, ਬਾਏ ਨੇਮ ਤਾਂ ਕੀ ਇਸ਼ਾਰਾ ਕਰਨਾ ਚਾਹੁੰਦੇ ਆ ਜੀ, ਇੱਥੇ ਬਹੁਤ ਸਾਰੀਆਂ ਫੇਕ ਆਈਡੀਆਂ ਵੀ ਬਣਵਾਉਂਦੇ ਨੇ, ਇਹ ਤੇ ਇਹਨਾਂ ਦੇ ਰਿਸ਼ਤੇਦਾਰ ਵੀ ਨੇ ਜਿਹੜੇ ਪਹਿਲਾਂ ਧਮਕੀਆਂ ਦਿੰਦੇ ਹਟੇ ਨੇ। ਤੁਸੀਂ ਵੀ ਜਾਣਦੇ ਹੋ ਕਿ ਉਸ ਪਰਿਵਾਰ ਨੂੰ, ਮਾਨ ਸਾਹਿਬ ਦੇ ਪਰਿਵਾਰ ਨੂੰ ਪਿਛਲੇ ਨੂੰ ਬਹੁਤ ਸਾਰਾ ਬਹੁਤ ਤੰਗ ਕੀਤਾ ਗਿਆ ਪਿਛਲੇ ਦਿਨਾਂ 'ਚ, ਬਲਕਿ ਇੰਦਰਪ੍ਰੀਤ ਹੋਰਾਂ ਦੀ ਤਾਂ ਆਈਡੀ ਵੀ ਬੰਦ ਕਰਵਾਤੀ ਗਈ ਹੈ ਪ੍ਰੈਜ਼ੈਂਟਲੀ। ਤਾਂ ਉਹਨਾਂ ਨੂੰ ਹੀ ਤੰਗ ਕਰਨ ਵਾਲੇ ਲੋਕ ਨੇ ਜਿਹੜੇ ਇਹੋ ਜਿਹੇ ਮੈਸੇਜ ਭਜਵਾਉਂਦੇ ਨੇ ਜਾਂ ਉਹਨਾਂ ਨੂੰ ਡਰਾਉਂਦੇ ਨੇ, ਧਮਕਾਉਂਦੇ ਵੀ ਨੇ, ਸਭ ਕੁਛ ਹੀ ਕੀਤਾ ਜਾ ਰਿਹਾ ਉਹਨਾਂ ਨਾਲ, ਉਹਨਾਂ ਦੇ ਪਰਿਵਾਰ ਨਾਲ ਕੀ ਨਹੀਂ ਹੋ ਰਿਹਾ, ਇਹ ਚੀਜ਼ਾਂ ਆਪਾਂ ਪਹਿਲਾਂ ਵੀ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਲੈ ਕੇ ਆ ਚੁੱਕੇ ਹਾਂ। ਤਾਂ ਉਹ ਚੀਜ਼ਾਂ ਰਿਪੀਟ ਕਰਨ ਦਾ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਜ਼ਰੂਰੀ ਵੀ ਹੈ, ਬਲਕਿ ਇਹ ਹੈ ਕਿ ਚਲੋ ਉਹ ਆਪਣੇ ਨਾਲ ਡਟੇ ਹੋਏ। ਜੀ। ਮੇਰਾ ਅਖੀਰਲਾ ਸਵਾਲ ਹੈ ਭੈਣ ਜੀ, ਕਿ ਲੋਕਾਂ ਲਈ ਜਾਂ ਕਹਿ ਲਓ ਖਾਸ ਕਰਕੇ ਪਟਿਆਲਾ ਲੋਕ ਸਭਾ ਹਲਕੇ ਦੇ ਜਿਹੜੇ ਵੋਟਰ ਆ, ਉਹਨਾਂ ਲਈ ਮਤਲਬ ਵੋਟ ਕਿਉਂ ਪਾਉਣ ਉਹ ਗਾਂਧੀ ਸਾਹਿਬ ਨੂੰ, ਮਤਲਬ ਕੀ ਕਾਰਨ ਕੀ ਆ ਜਾਂ ਕੋਈ ਖਾਸ ਗੱਲ ਕੀ ਹੈ ਜਿਹੜੀ ਕਰਕੇ ਵੋਟ ਪਾਉਣ, ਕਿਉਂਕਿ ਕੈਂਡੀਡੇਟ ਤਾਂ ਹੋਰ ਵੀ, ਉਹ ਵੀ ਆਪਣੇ ਆਪ ਨੂੰ ਆਖਣਗੇ ਕਿ ਅਸੀਂ ਫਾਰਮ ਕਰਾਂਗੇ? ਜਸਪਾਲ ਜੀ, ਵਾਈ ਡਾਕਟਰ ਗਾਂਧੀ, ਇਹ ਕੁਐਸਚਨ ਮੈਨੂੰ ਦੂਜੀ ਤੀਜੀ ਵਾਰੀ ਪੁੱਛਿਆ ਜਾ ਰਿਹਾ ਔਰ ਮੇਰਾ ਹਰ ਵਾਰੀ ਇਹੀ ਜਵਾਬ ਹੁੰਦਾ ਹੈ, ਕਿਉਂ ਡਾਕਟਰ ਗਾਂਧੀ? ਕਿਉਂਕਿ ਡਾਕਟਰ ਗਾਂਧੀ ਦਾ ਸ਼ੁਰੂ ਤੋਂ ਸਫ਼ਰ, ਮੈਂ ਇੱਕ ਬਹੁਤ ਇੰਟਰਸਟਿੰਗ ਜੀ ਗੱਲ ਸੁਣਾਉਣੀ ਆ, ਬਾਕੀ ਸਫ਼ਰ ਦਾ ਤਕਰੀਬਨ ਮੈਂ ਸਾਰੀਆਂ ਇੰਟਰਵਿਊਜ਼ 'ਚ ਦੱਸ ਚੁੱਕੀ ਹਾਂ, ਪਰ ਮੈਂ ਇੱਕ ਬੜੀ ਇੰਟਰਸਟਿੰਗ ਜੀ ਗੱਲ ਸੁਣਾਉਣੀ ਆ ਤੁਹਾਨੂੰ, ਕਿ ਡਾਕਟਰ ਗਾਂਧੀ ਤੇ ਮਿਸਿਸ ਗਾਂਧੀ ਜਦੋਂ ਡਾਕਟਰ ਸਾਹਿਬ ਡਾਕਟਰ ਹੀ ਸੀਗੇ ਪੇਸ਼ੇ ਵਜੋਂ, ਤਾਂ ਉਹਨਾਂ ਦੀ ਪਾਰਟੀ ਨੇ ਫੈਸਲਾ ਕੀਤਾ, ਜਦੋਂ ਮਤਲਬ ਉਹ ਕਹਿ ਸਕਦੇ ਆ ਕਿ ਕਮਿਊਨਿਟੀ ਲਹਿਰ ਦੇ ਵਿੱਚ ਸੀਗੇ, ਉਹਨਾਂ ਨੇ ਫੈਸਲਾ ਕੀਤਾ ਕਿ ਪਰਿਵਾਰ ਦਾ ਸਿਰਫ ਇੱਕ ਮੈਂਬਰ ਕਮਾਊਗਾ ਤੇ ਦੂਜਾ ਫੁੱਲ ਟਾਈਮ ਪਾਰਟੀ ਨੂੰ ਕੰਮ ਕਰੂਗਾ।
ਤਾਂ ਉਹਨਾਂ ਜੀ ਦੇ ਲਈ ਫੈਸਲਾ ਹੋਇਆ ਕਿਉਂਕਿ ਉਹਨਾਂ ਦੇ ਮਿਸਿਸ ਸ਼੍ਰੀਮਤੀ ਪਦਮਾ ਗਾਂਧੀ ਜੌਬ ਕਰਦੇ ਸੀ, ਤਾਂ ਡਾਕਟਰ ਸਾਹਿਬ ਦੀ ਜੌਬ ਛੁਡਵਾ ਦਿੱਤੀ ਗਈ। ਔਰ ਉਸ ਵੇਲੇ ਉਹਨਾਂ ਦੀ ਬੇਟੀ ਬਹੁਤ ਛੋਟੀ ਸੀ, ਮੈਂ ਇਹਦੇ 'ਚ ਡੈਡੀਕੇਸ਼ਨ ਦੱਸਣਾ ਚਾਹੁੰਦੀ ਹਾਂ, ਉਹਨਾਂ ਜੀ ਦੀ ਬੇਟੀ ਬਹੁਤ ਛੋਟੀ ਸੀ। ਜੇ ਤੁਸੀਂ ਅੱਜ ਵੀ ਮੈਡਮ ਪਦਮਾ ਗਾਂਧੀ ਨਾਲ ਗੱਲ ਕਰੋਗੇ ਨਾ, ਤੁਹਾਨੂੰ ਗੱਲ ਸੁਣਾਉਣਗੇ ਕਿ ਕਈ ਵਾਰੀ ਐਂ ਹੁੰਦਾ ਸੀ ਕਿ ਸਿਰਫ ਅਸੀਂ ਰੂਹੀ ਲਈ ਇੱਕ ਅੰਬ ਲੈ ਕੇ ਆਉਂਦੇ ਸੀ ਔਰ ਉਹਨੂੰ ਖਵਾਉਂਦੇ ਸੀ। ਉਹ ਇਹੋ ਜਿਹੇ ਇੰਨੀ ਡੈਡੀਕੇਸ਼ਨ ਹੈ ਉਹਨਾਂ ਦੀ ਕਿ ਉਹਨਾਂ ਨੇ ਆਪਦੇ ਪਰਿਵਾਰ ਦੀ ਜਾਂ ਆਪਦੇ ਫਾਇਦੇ ਦੀ ਕਦੇ ਨਹੀਂ ਸੋਚੀ, ਉਹਨਾਂ ਨੇ ਹਮੇਸ਼ਾ ਇਹ ਸੋਚਿਆ। ਉਹ ਉਸ ਵੇਲੇ ਮਜ਼ਦੂਰਾਂ ਦੀ ਮਦਦ ਕਰਦੇ ਸੀਗੇ ਔਰ ਉਹਨਾਂ ਦੇ ਨਾ ਉਹ ਜੂਆਂ ਜਿਹੜੀਆਂ ਪੈ ਜਾਂਦੀਆਂ, ਚੰਮ ਜੂਆਂ ਉਹ ਪੈ ਗਈਆਂ ਸੀ ਉਸ ਵੇਲੇ। ਜੀ ਤਾਂ ਉਹ ਮੈਡਮ ਮਤਲਬ ਮਿਸਿਸ ਪਦਮਾ ਗਾਂਧੀ ਅੱਜ ਵੀ ਅੱਖਾਂ ਭਰੇ ਆਉਂਦੇ ਨੇ ਜਦੋਂ ਇਹ ਗੱਲਾਂ ਦੱਸਦੇ ਨੇ। ਤਾਂ ਉਸ ਤੋਂ ਇਲਾਵਾ ਉਹਨਾਂ ਦੀ ਸਟੂਡੈਂਟ ਲਾਈਫ ਦੀ ਹਿਸਟਰੀ ਸਾਰੀ ਦੁਨੀਆ ਜਾਣਦੀ ਹੈ ਕਿ ਉਹਨਾਂ ਨੇ ਉਸ ਵੇਲੇ ਜੇਲ੍ਹਾਂ ਤੱਕ ਵੀ ਕੱਟੀਆਂ ਨੇ ਔਰ ਉਹ ਹਰ ਗਲਤ ਲਈ ਖੜੇ ਹੋਏ ਨੇ, ਹਮੇਸ਼ਾ ਹਰ ਜਗ੍ਹਾ ਖੜੇ ਹੋਏ ਨੇ। ਉਸ ਤੋਂ ਬਾਅਦ ਬੀਂਗ ਡਾਕਟਰ ਉਹ ਕਿਵੇਂ ਦੇ ਰਹੇ ਨੇ ਉਹ ਵੀ ਸਾਰੇ ਜਾਣਦੇ, ਬੀਂਗ ਐਨ ਐਮਪੀ ਉਹਨਾਂ ਨੇ ਕਿਵੇਂ ਆਪਦੇ ਫਰਜ਼ ਨਿਭਾਏ ਨੇ ਉਹ ਔਨ ਰਿਕਾਰਡ ਸਾਰਾ ਕੁਝ ਪਿਆ, ਚੈੱਕ ਕੀਤਾ ਜਾ ਸਕਦਾ। ਹੁਣ ਤਾਂ ਲੱਭਣਾ ਕੁਝ ਔਖਾ ਵੀ ਨਹੀਂ, ਸਭ ਕੁਝ ਗੂਗਲ ਤੇ ਪਿਆ। ਤਾਂ ਜੀ ਪਟਿਆਲੇ ਦੇ ਜਾਂ ਪੰਜਾਬ ਦੇ ਲੋਕ ਜਾਣਦੇ ਨੇ ਕਿ ਡਾਕਟਰ ਗਾਂਧੀ ਕੀ ਚੀਜ਼ ਨੇ ਤੇ ਉਹਨਾਂ ਦੀ ਹਿਸਟਰੀ ਕੀ ਰਹੀ ਹੈ, ਤੇ ਉਹ ਪੰਜਾਬ ਨੂੰ ਜਾਂ ਲੋਕਾਂ ਨੂੰ ਕਿੰਨੇ ਕੁ ਡੈਡੀਕੇਟਡ ਨੇ। ਉਹਨਾਂ ਦੀ ਸਿਹਤ ਨਾ ਵੀ ਠੀਕ ਹੁੰਦਿਆਂ ਹੋਇਆ ਅੱਜ ਉਹ ਕਿਸ ਲੈਵਲ ਤੇ ਕੰਮ ਕਰ ਰਹੇ ਨੇ, ਸਵੇਰੇ 6 ਵਜੇ ਨਿਕਲ ਜਾਂਦੇ ਨੇ, ਰਾਤ ਨੂੰ 11 ਵਜੇ ਘਰੇ ਮੁੜਦੇ ਆ। ਇੰਨਾ ਇੰਨੀ ਗਰਮੀ ਚ ਇੱਕ ਆਮ ਬੰਦਾ ਨਹੀਂ ਤੁਰ ਸਕਦਾ, ਤੁਹਾਡੇ ਜਾਂ ਮੇਰੇ ਵਰਗੇ ਬੰਦੇ ਨੂੰ ਤੁਰਨ ਲਈ 10 ਵਾਰੀ ਸੋਚਣਾ ਪੈਂਦਾ ਹੈ ਕਿ ਉਹ ਇੱਕ ਬਿਮਾਰ ਹੋਣ ਦੇ ਨਾਤੇ ਵੀ ਤੁਰੇ ਫਿਰਦੇ ਨੇ, ਕਿਉਂਕਿ ਉਹਨਾਂ ਨੂੰ ਲੋਕਾਂ ਦੀ ਪੀੜ ਹੈ। ਉਹਨਾਂ ਨੂੰ ਪਤਾ ਹੈ ਕਿ ਅਸੀਂ ਇਸ ਵੇਲੇ ਮੁਲਕ ਇਹੋ ਜਿਹੇ ਮੁਕਾਮ ਤੇ ਖੜਾ ਹੈ ਕਿ ਜੇ ਨਾ ਤੁਰਿਆ ਗਿਆ ਤਾਂ ਇਤਿਹਾਸ ਮਾਫ ਨਹੀਂ ਕਰੂਗਾ, ਐਟਲੀਸਟ ਸਾਨੂੰ ਸਾਰਿਆਂ ਨੂੰ। ਜੀ 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 ਅੱਛਾ ਭੈਣ ਜੀ, ਮੇਰਾ ਇੱਕ ਸਵਾਲ ਹੋਰ ਨਿਕਲ ਆਇਆ ਤੁਹਾਡੀ ਗੱਲ ਦੇ ਵਿੱਚੋਂ ਹੀ ਕਿ ਚਲੋ ਸਿਹਤ ਠੀਕ ਨਹੀਂ ਹੈ ਉਹ ਕਿਸੇ ਦੇ ਨਾਲ ਵੀ ਹੋ ਸਕਦਾ ਹੈਗਾ, ਪਰ ਇਹ ਤਾਂ ਨਹੀਂ ਹੋਏਗਾ ਕੱਲ੍ਹ ਨੂੰ ਕਿਤੇ ਕਿ ਹਲਕਾ ਹੀ ਲੋਕ ਸਭਾ ਹਲਕਾ ਹੀ ਠੇਕੇ ਦੇ ਦੇਣ ਕਿ ਕਿਸੇ ਹੋਰ ਨੂੰ ਆਖਣ ਬਾਈ ਤੂੰ ਹੀ ਲੋਕਾਂ ਨੂੰ ਮਿਲ ਲਿਆ ਕਰ, ਤੂੰ ਹੀ ਕੰਮ ਕਾਜ ਕਰਾ ਲਿਆ ਕਰ। ਪਹਿਲਾਂ ਵੀ ਨਹੀਂ ਦਿੱਤਾ ਜਸਪਾਲ ਜੀ, ਜੀ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨਾਂ ਨੇ ਕਦੇ ਵੀ ਐ ਨਹੀਂ ਕੀਤਾ, ਉਹ ਆਪਦੀ ਜ਼ਿੰਮੇਵਾਰੀ ਤੋਂ ਨਹੀਂ ਭੱਜੇ, ਕਦੇ ਵੀ ਨਹੀਂ ਭੱਜੇ, ਨਾ ਭੱਜ ਸਕਦੇ ਆ। ਜਿੰਨਾ ਚਿਰ ਉਹਨਾਂ ਦੇ ਸਾਹਾਂ 'ਚ ਸਾਹ ਆ, ਉਹਨਾਂ ਦੀ ਗਰੰਟੀ ਘੱਟੋ ਘੱਟ ਇਸ ਚੀਜ਼ ਦੀ ਤਾਂ ਮੈਂ ਵੀ ਲੈ ਸਕਦੀ ਹਾਂ ਕਿ ਜਿੰਨਾ ਚਿਰ ਉਹਨਾਂ ਦੇ ਸਾਹ ਚੱਲਦੇ ਨੇ ਨਾ, ਉਹ ਪੰਜਾਬ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿਣਗੇ, ਉਹ ਛੱਡ ਹੀ ਨਹੀਂ ਸਕਦੇ। ਹਜੇ ਮੈਂ ਬਹੁਤ ਵਾਰੀ ਖਿੱਝ ਜਾਂਦੀ ਸੀ, ਮੈਂ ਇੱਕ ਵਾਰੀ ਲਿਖਿਆ ਵੀ, ਮੈਂ ਖਿੱਝ ਜਾਂਦੀ ਸੀ ਕਿ ਡਾਕਟਰ ਸਾਹਿਬ ਕਿੰਨਾ ਲੋਕਾਂ ਲਈ ਤੁਸੀਂ ਇੰਨੇ ਪਰੇਸ਼ਾਨ ਹੁੰਦੇ ਹੋ, ਜਿਹੜੇ ਸਾਨੂੰ ਉਹ ਪਾਰਟੀਆਂ ਦੇ ਮਗਰ ਲੱਗ ਕੇ ਗਾਲਾਂ ਕੱਢਦੇ ਨੇ, ਜਿਹੜੇ ਸੋਸ਼ਲ ਮੀਡੀਆ ਤੇ ਸਾਡੀਆਂ ਫੋਟੋਆਂ ਐਡਿਟ ਕਰਦੇ ਨੇ। ਉਹ ਕਹਿੰਦੇ ਨਹੀਂ ਹਰਵੀਤ ਮੇਰੇ ਤੋਂ ਰਿਹਾ ਜਾਂਦਾ ਹੈਗਾ, ਮੈਂ ਨਹੀਂ ਰਹਿ ਸਕਦਾ ਕਿਉਂਕਿ ਮੇਰੇ ਖੂਨ 'ਚ ਹੈ ਬਸ ਇਹ ਚੀਜ਼, ਮੈਨੂੰ ਪਰੇਸ਼ਾਨ ਕਰਦੀ ਹੈ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਸੌਂ ਨਹੀਂ ਸਕਦਾ ਜਦੋਂ ਮੈਂ ਇਹੋ ਜਿਹੇ ਹਾਲਾਤ ਦੇਖਦਾ। ਜੀ ਤਾਂ ਉਹ ਡਿਫਰੈਂਟ ਰੂਹ ਹੈ ਸ਼ਾਇਦ, ਮੈਨੂੰ ਲੱਗਦਾ ਕਿ ਉਹ ਸਾਡੇ ਸਾਰਿਆਂ ਤੋਂ ਥੋੜੇ ਜਿਹੇ ਡਿਫਰੈਂਟ ਨੇ, ਤਾਂ ਉਹ ਡੈਡੀਕੇਟਿਡ ਨੇ ਔਰ ਟਿਲ ਐਂਡ ਰਹਿਣਗੇ ਹੀ ਰਹਿਣਗੇ, ਉਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਇਸ ਚੀਜ਼। ਜੀ 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 ਚਲੋ ਭੈਣ ਜੀ, ਤੁਸੀਂ ਸਮਾਂ ਦਿੱਤਾ ਜੀ ਅਤੇ ਤੁਹਾਡਾ ਧੰਨਵਾਦ, ਅਤੇ ਨਾਲ ਦੀ ਨਾਲ ਦੁਆ ਕਰਦੇ ਹਾਂ ਕਿ ਜਿੰਨੀ ਤੁਸੀਂ ਇਨਪੁੱਟ ਦਿਓ ਉਹਦੇ ਮੁਤਾਬਕ ਤੁਹਾਨੂੰ ਆਊਟਪੁੱਟ ਮਿਲੇ ਅਤੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲੇ ਜੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜਸਪਾਲ ਜੀ, ਥੈਂਕ ਯੂ, ਧੰਨਵਾਦ। ਸੋ ਸਨ ਐਡਵੋਕੇਟ ਹਰਮੀਤ ਕੌਰ ਬਰਾੜ, ਜਿਹੜੇ ਡਾਕਟਰ ਧਰਮਵੀਰ ਗਾਂਧੀ ਦੀ ਟੀਮ ਦੇ ਵਿੱਚ ਕੰਮ ਕਰ ਰਹੇ ਆ, ਅਤੇ ਉਹਨਾਂ ਨਾਲ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਤੁਸੀਂ ਇਸ ਐਪੀਸੋਡ ਨੂੰ ਪਸੰਦ ਕਰੋਗੇ, ਅਤੇ ਦੁਬਾਰਾ ਕਿਸੇ ਨਵੇਂ ਇੰਟਰਵਿਊ ਦੇ ਵਿੱਚ ਫਿਰ ਦੁਬਾਰਾ ਮਿਲਾਂਗੇ। ਸਾਰਿਆਂ ਨੂੰ ਦੁਬਾਰਾ ਫਿਰ ਤੋਂ ਸਤਿ ਸ਼੍ਰੀ ਅਕਾਲ।